जी बख्शिश करते ने नाले तो साडिया दस रहे है ते नाले आप दिया भी दस दे साडिया की दस रहे है भी संसार जिन्हों नीवा मनदा रब उन्हें उच्चा कर दिंदा है जिन्हों परमात्मा उच्चा करे जिन्हों वड्याई देवे फिर उन्हें नीवा कौन कर सकता आओ एक शब्द की विचार है बड़े प्रेम ना नाम का महात्म गुरु दे सिमरन का महात्म प्रभु की बंदगी का महात्म है ते प्राप्ति किवें हुंदी है ये गुरु जी कृपा कर रहे ने बड़े प्रेम सहित धन धन साहब श्री गुरु ग्रंथ साहिब महाराज सच्चे पातशाह गुरु बाणी दे विच बख्शिश करते हैं आओ एक शब्द प्राप्त करते हैं गुरु जी इउं कह रहे हैं सतनाम श्री वाहे गुरु थोड़ा दूर साहेबा जी सूही महला चौथा कर सेवा एक ओंकार सत गुर प्रसाद श्री गुरु ग्रंथ साहिब जी महाराज दी इलाही बाणी विच सोही राग दा शब्द है चौथे पातशाह धन 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 साहिब श्री गुरु रामदास महाराज कोट ब्रह्मंड के ठाकर इलाही जोत कुदरत कृष्णा ब्रह्म ज्ञान दे सूरज शांति दे सोमे दया दे सागर रहमतां दे दाते कुदरत दे कादर मालक धन धन साहिब श्री गुरु नानक देव साहिब महाराज गुरु नानक पातशाह दा चौथा स्वरूप चौथे गुरु चौथे पातशाह की कहंदे ए जिहड़ा शब्द है ना ये महात्म दस्या है बई सोही राग है चौथे गुरु का शब्द है छेवें घर के गायन करना है ज्ञानी जी हुणे बैठे ने सारे बंदगी जिहड़े पाठ पढ़ते हैं उन्होंने मर्यादा दसी है भी किवें ये शब्द पढ़ीए फिर नाल संखेप मूल मंत्र भी आपां इहनूं कह दिंदे हैं इहनूं मंगलाचरण कहिंदे हैं वाहेगुरु परमेश्वर की उस्तति संखेप बहुत बड़ा भाव है इन्हों कहते हैं गागर दे विच सागर बंद कर देना दो शब्दों में पूरी कुदरत की सृष्टि की रचना करने वाले मालक की उस्तति करी है की कहते एक ओंकार एक ओंकार सत गुर प्रसाद सत की है एक ओंकार एक ओंकार है गुरु नानक निरंकार परमेश्वर आप आए धरती ते उन्होंने सानू पूर्ण परमेश्वर की उस्तति दसी पहला अवतारी लोग आए पहला विष्णु आया विष्णु ने तीन लोगों की उस्तति दी वेदा शास्त्रा पुराणा विच ओंकार शब्द दसिया ओंकार दे विच तीन देवतियां दी उस्तति है ब्रह्मा विष्णु महेश कार आकार माकार एक मारे कहते ना एक है ये तीन संचालक है मालक एक है एक ओंकार सत सत का भाव है जन्म मरण तो रहता जेड़ा जो मूल मंत्र अपन गुरु नानक महाराज ने बख्शिश करया ना
ਉਹਦੇ ਵਿੱਚ ਨਿਰੰਕਾਰ ਦਾ ਸ਼ਬਦਾਂ ਦੇ ਵਿੱਚ ਸਰੂਪ ਬਖਸ਼ਿਸ਼ ਕਰਿਆ ਮਹਾਰਾਜ ਨੇ ਵੀ ਪਰਮੇਸ਼ਰ ਕਿਹੋ ਜਿਹਾ ਹੈ ਉਹ ਪ੍ਰਭੂ ਦੇ ਗੁਣ ਕੀ ਹੈ ਸਾਰਾ ਮੂਲ ਮੰਤਰ ਪਰਮੇਸ਼ਵਰ ਦੇ ਸਰੂਪ ਨੂੰ ਪ੍ਰਗਟ ਕਰਦਾ ਹੈ ਜਦੋਂ ਤੁਸੀਂ ਮੂਲ ਮੰਤਰ ਕਰੋਗੇ ਨਾ ਉਹਦੇ ਗੁਣਾਂ ਦਾ ਵਰਣਨ ਹੋਊਗਾ ਤੇ ਰੱਬ ਦੀ ਤਸਵੀਰ ਮੂਹਰੇ ਆ ਜੂ ਜਦੋਂ ਕਿਸੇ ਬੰਦੇ ਦੀ ਗੱਲ ਕਰਦੇ ਹਾਂ ਸਾਨੂੰ ਖਿਆਲ ਆਉਂਦਾ ਵੀ ਇਹੋ ਜਿਹਾ ਹੋਊਗਾ ਕਈ ਵਾਰੀ ਆਪਾਂ ਨੂੰ ਕੋਈ ਬੰਦੇ ਦੀ ਗੱਲ ਸੁਣਾਉਣ ਲੱਗ ਜੇ ਅਗਲੇ ਦੇ ਮੂਹਰੇ ਅੱਖਾਂ ਦੇ ਚਿਹਰਾ ਬਣ ਜਾਂਦਾ ਵੀ ਉਹ ਬੰਦਾ ਇਹੋ ਜਿਹਾ ਹੋਊਗਾ ਪਰ ਕਈ ਵਾਰੀ ਹੁੰਦਾ ਨਹੀਂ ਪਰ ਇਹ ਸੱਚੀ ਚਿਹਰਾ ਪ੍ਰਗਟ ਕਰਿਆ ਵਾ ਕਿਉਂਕਿ ਇਹਨੂੰ ਦੱਸਣ ਵਾਲਾ ਕੌਣ ਹੈ ਇਹ ਉਹ ਦੱਸਦਾ ਜਿਹੜਾ ਆਪ ਹੈ ਗੁਰੂ ਨਾਨਕ ਨਿਰੰਕਾਰ ਸੀ ਉਹਨਾਂ ਨੇ ਸ਼ਬਦਾਂ ਦੇ ਵਿੱਚ ਆਪਣੇ ਸਰੂਪ ਦਾ ਵਰਣਨ ਕਰਿਆ ਵਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜਮ ਸਹਿਬੰ ਗੁਰ ਪ੍ਰਸ਼ਾਦ ਸਾਰਾ ਉਹ ਵਾਹਿਗੁਰੂ ਦਾ ਨਾਮ ਸੱਤ ਹੈ ਉਹ ਆਪ ਸੱਤ ਹੈ ਸਾਰਾ ਕੁਝ ਕਰਤਾ ਪੁਰਖ ਕਹਿੰਦੇ ਜੋ ਕੁਝ ਹੋ ਰਿਹਾ ਦੇ ਹੁਕਮ ਚ ਕਿਸੇ ਦੇ ਨਾਲ ਉਹਦਾ ਵੈਰ ਨਹੀਂ ਤੇ ਕਿਸੇ ਦੇ ਨਾਲ ਉਹਦਾ ਵਿਰੋਧ ਨਹੀਂ ਤੇ ਕਿਸੇ ਦਾ ਉਹਦਾ ਨਿਰਭੈ ਭੈ ਤੋਂ ਰਹਿਤ ਪ੍ਰਭਾਵ ਨਹੀਂ ਗਾ ਕਿਸੇ ਦਾ ਪ੍ਰਭਾਵ ਦਾ ਹੀ ਭੈ ਹੁੰਦਾ ਨਾ ਡਰ ਕਿਹਦਾ ਪ੍ਰਭਾਵ ਦਾ ਉੱਥੇ ਕਿਸੇ ਦਾ ਨਹੀਂ ਇੱਕੋ ਹੀ ਮੂਰਤੀ ਹੈ ਜਿੱਥੇ ਕਾਲ ਨਹੀਂ ਵਿਆਪਦਾ ਭਾਵ ਜਨਮ ਮਰਨ ਤੋਂ ਰਹਿਤ ਹੈ ਬਾਕੀ ਸਾਰਾ ਕੁਛ ਚੱਲਦਾ ਵਾ ਚੱਕਰ ਚ ਸਾਰਾ ਮਾਇਆ ਵੀ ਹੈ ਇੱਕ ਹੀ ਸੱਤ ਹੈ ਬਾਕੀ ਸਾਰਾ ਕੁਛ ਬ੍ਰਹਮਾ ਵਿਸ਼ਨੂੰ ਸ਼ਿਵ ਦੇਵੀ ਦੇਵਤੇ ਸਾਰਾ ਜੋ ਆਪਾਂ ਦਿਨੇ ਆ ਜਾਂ ਦਿਸਦੇ ਆ ਜਾਂ ਇਹ ਸਾਰਾ ਮਾਇਆ ਵੀ ਹੈ ਮਾਇਆ ਇਹ ਪਰਮਾਤਮਾ ਦੀ ਆਪਾਂ ਨੂੰ ਸੱਤ ਲੱਗਦਾ ਪਰ ਸੱਤ ਨਹੀਂ ਇਹ ਸੁਪਨੇ ਨੂੰ ਸੱਤ ਮੰਨ ਬੈਠਾ ਤਾਂ ਹੀ ਪਾਪ ਕਰਮ ਤੇ ਲੱਗਦਾ ਨਾ ਬੈਠਾ ਬੰਦੇ ਨੂੰ ਸੁਪਨਾ ਆਉਂਦਾ ਸੁਪਨੇ ਦੋ ਪ੍ਰਕਾਰ ਦੇ ਕਈ ਵਾਰੀ ਗੱਲ ਕਰ ਲਈ ਵਿਚਾਰ ਜਦੋਂ ਆਉਂਦੀ ਹੈ ਕਹਿੰਦੇ ਇੱਕ ਸੁਪਨਾ ਰਾਤ ਨੂੰ ਆਉਂਦਾ ਜਦੋਂ ਬੰਦਾ ਸੌਂ ਜਾਂਦਾ ਇੱਕ ਸੁਪਨਾ ਆ ਵਾ ਇਹ ਲੰਮਾ ਵਾ ਇਹ ਉਹ ਸੁਪਨਾ ਜਦੋਂ ਆਉਂਦਾ ਬੰਦਾ ਉਸ ਦੁਨੀਆਂ 'ਚ ਚਲਿਆ ਜਾਂਦਾ ਕਈ ਵਾਰੀ ਸੁੱਤਾ ਪਿਆ ਨਾ ਉਹਨੂੰ ਲੱਗਦਾ ਵੀ ਮੈਂ ਬਹੁਤ ਅਮੀਰ ਹੋ ਗਿਆ ਮੇਰੇ ਕੋਲ ਸਾਰੇ ਸੁੱਖ ਸਾਧਨ ਹੈ ਪਰ ਜਦੋਂ ਅੱਖ ਖੁੱਲਦੀ ਹੈ ਆਪਣੇ ਮੰਜੇ 'ਤੇ ਪਿਆ ਹੁੰਦਾ ਕੋਲ ਕੁਛ ਨਹੀਂ ਹੁੰਦਾ ਕਈ ਵਾਰੀ ਬੰਦਾ ਬਹੁਤ ਅਮੀਰ ਹੁੰਦਾ ਉਹਨੂੰ ਲੱਗਦਾ ਮੇਰੇ ਕੋਲ ਕੁਛ ਨਹੀਂ ਸਾਰਾ ਕੁਛ ਗੁਆਚ ਗਿਆ ਮੇਰਾ ਸਭ ਪੱਲੇ ਨਹੀਂ ਕਿਹਾ ਹੋ ਜਦੋਂ ਅੱਖ ਖੁੱਲਦੀ ਹੈ ਸਾਰਾ ਕੁਛ ਕੋਲ ਹੀ ਹੁੰਦਾ ਫਿਰ ਕਹਿੰਦਾ ਸੁੱਕਣਾ ਸੁਪਨਾ ਹੀ ਸੀ ਤੇ ਇੱਕ ਆਹ ਸੁਪਨਾ ਇੱਕ ਅੱਖਾਂ ਮੀਚੀਆਂ ਤੋਂ ਸੁਪਨਾ ਆਉਂਦਾ ਤੇ ਅੱਖਾਂ ਖੁੱਲਦੀਆਂ ਤੋਂ ਮੁੱਕ ਜਾਂਦਾ ਇੱਕ ਸੁਪਨਾ ਅੱਖਾਂ ਖੁੱਲਦੀਆਂ ਤੋਂ ਆਉਂਦਾ ਤੇ ਅੱਖਾਂ ਮਿਚਦੀਆਂ ਤੋਂ ਮੁੱਕ ਜਾਂਦਾ ਇੱਕ ਦਿਨ ਸਾਡੀ ਅੱਖ ਬੰਦ ਹੋ ਜਾਣੀ ਹੈ ਤੇ ਸੁਪਨਾ ਮੁੱਕ ਜਾਣਾ ਖਤਮ ਹੋ ਜਾਊਗਾ ਇਹ ਮਾਇਆ ਵੀ ਹੈ ਸਮਾਂ ਮਹਾਰਾਜ ਕਹਿੰਦੇ ਜਿਹੜਾ ਸੱਤ ਕੀ ਹੈ ਪਰਮਾਤਮਾ ਮਿਲੂ ਕਿੱਥੋਂ ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸ਼ਾਦ ਗੁਰੂ ਦੀ ਕਿਰਪਾ ਮਹਾਰਾਜ ਕਹਿੰਦੇ ਜਿਹਨੂੰ ਮਿਲ ਗਿਆ ਉਹਨਾਂ ਨੇ ਪ੍ਰਾਪਤ ਕੀ ਕਰਿਆ ਪਾ ਕਹਿੰਦੇ ਉੱਤਮ ਪਦਵੀ ਪਾ ਗਏ ਉੱਚੀਆਂ ਪਦਵੀਆਂ ਉੱਚੀਆਂ ਅਵਸਥਾ ਪਾ ਗਏ ਹੁਣ ਕੌਣ ਪਾ ਗਏ ਉੱਚਿਆਂ ਨੂੰ ਤਾਂ ਉੱਚਾ ਹਰਕੀ ਮੰਨਦਾ ਇਹ ਤਾਂ ਮੇਰਾ ਮਾਲਕ ਹੈ ਨਾ ਨੀਚੋਂ ਊਚ ਕਰੈ ਮੇਰਾ ਗੋਬਿੰਦ ਨੀਵਿਆਂ ਨੂੰ ਉੱਚਾ ਕਰਨ ਵਾਲਾ ਇੱਥੇ ਗੁਰੂ ਜੀ ਨੇ ਦੱਸਿਆ ਕਹਿੰਦੇ ਨੀਚ ਜਾਤ ਹਰ ਜਪਤਿਆਂ ਜਿਹੜੀ ਜਾਤ ਨੂੰ ਲੋਕ ਨੀਵਾਂ ਮੰਨਦੇ ਸੀ ਨਾ ਉਹਨਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉੱਤਮ ਪਦਵੀ ਪਾਏ ਕਹਿੰਦੇ ਉੱਤਮ ਪਦਵੀਆਂ ਪ੍ਰਾਪਤ ਕਰ ਗਏ ਹੁਣ ਕਿੰਨੇ ਗਿਣੀਏ ਇੱਥੇ ਇੱਥੇ ਨਾਲ ਮਹਾਰਾਜ ਨੇ ਦੱਸਿਆ ਕਹਿੰਦੇ ਕਥਾ ਕਹਾਣੀਆਂ ਸੁਣਨੀਆਂ ਪੈਣਗੀਆਂ ਪਹਿਲੀ ਕਥਾ ਕੀ ਹੈ ਕਹਿੰਦੇ ਪੁੱਛੋ ਬਿਦਰ ਦਾਸੀ ਸੁੱਤਾ ਬਿਦਰ ਦਾਸੀ ਦਾ ਪੁੱਤਰ ਸੀ ਸੁੱਤਾ ਪੁੱਤਰ ਨੂੰ ਕਹਿੰਦੇ ਆ ਸੌਤਮਣੇ ਪੁੱਤਰ ਹੈ ਪੁੱਛੋ ਪੁੱਛੋ ਕਹਿੰਦੇ ਬਿਦਰ ਬਿਦਰ ਕੌਣ ਸੀ ਦਾਸੀ ਦਾ ਪੁੱਤ ਸੀ ਤੇ ਕ੍ਰਿਸ਼ਨ ਦੀ ਰਿਸ਼ਤੇਦਾਰੀ ਰਾਜਿਆਂ ਨਾਲ ਸੀ ਰਾਜੇ ਉਹਨਾਂ ਦੇ ਦੁਰਯੋਧਨ ਹੋਣੇ ਸੀ ਕੈਰਮਾਨ ਤੇ ਪਾਂਡਵਾਂ ਨਾਲ ਰਿਸ਼ਤਾ ਸੀ ਕ੍ਰਿਸ਼ਨ ਜੀ ਦਾ ਉਹ ਕਹਿੰਦੇ ਪਿਆਰੇ ਉਹ ਕ੍ਰਿਸ਼ਨ ਜੀ ਗਏ ਤੇ ਘਰੇ ਕਿਹਦੇ ਗਏ ਰਾਜਿਆਂ ਦੇ ਨਹੀਂ ਗਏ ਭਗਤਾਂ ਦੇ ਘਰੇ ਗਏ ਜਿਹਨੂੰ ਲੋਕ ਨੀਵਾਂ ਮੰਨਦੇ ਸੀ ਕ੍ਰਿਸ਼ਨ ਉਹਨਾਂ ਦੇ ਘਰੇ ਗਿਆ ਕਿਉਂ ਗਿਆ ਕਿਉਂਕਿ ਦੁਰਯੋਧਨ ਹੋਣੀ ਈਰਖਾਵਾਦੀ ਲੋਕ ਸੀਗੇ ਦਵੈਸ਼ ਸੀ ਉਹਨਾਂ ਦੇ ਮਨ ਵਿੱਚ ਹੰਕਾਰੀ ਸੀ ਲੋਕ ਵਿਸ਼ਿਆਂ ਨਾਲ ਤੇ ਵਿਕਾਰਾਂ ਨਾਲ ਭਰੇ ਪਏ ਸੀ ਕ੍ਰਿਸ਼ਨ ਨੇ ਸੋਚਿਆ ਵੀ ਇਹਨਾਂ ਦੇ ਘਰੇ ਜਾਵਾਂਗੇ ਤਾਂ ਪਹਿਲਾਂ ਹੀ ਮਨ ਦੁਖੀ ਹੋਊਗਾ
जाओ उथे कहते जिथे आपका भी मन खुश हो जाए अगले का भी मन खुश हो जाए जानता ता ही फायदा ना जिदे गए वह भी खुश हो गए तो जान वाले भी खुशी मिले ते दोनों चीजा मिलदियां जे जान वाले दे जिथे गए दुखी हो जाता है तो उन्होंने देख के वो चेहरे तो पता लग जाता भी खुश नहीं गा फिर जान वाले दुख मनता भी आप क्यों आए कहते कृष्ण नूं पता सी भी जे मैं गया वा इन्होंने ईरखावादी बंदे है मेरा उत्थे उन्हां नालों सत्कार वध होना कि कोई कृष्ण जुग पुरश सीगा जुग पुरश का लोग आटोमैटिकली सत्कार करते ना चाहते भी सत्कार करते हैं जिहड़े बंदियां दा तापा ना भावें कोई होवे किसे दी गल कर लो आम बंदियां दी भी गल कर लो कई यादां भी रह जांदियां गल्लां भी चलदियां जो उत्थे बैठे सीगे कमरे च एक गल चल पई तुहाडे पिंड दे सरदार होणी सी सरदार तारा सिंह होणी ਉਹ ਜਦੋਂ ਇੱਥੇ ਪੁਰਾਣੇ ਬੰਦਿਆਂ ਨੂੰ ਪਤਾ ਜਦੋਂ ਪਿੰਡ 'ਚ ਦੀ ਲੰਘਦਾ ਸੀ ਨਾ ਅਤੇ ਲੋਕ ਉਹਨੂੰ ਪਿਆਰ ਕਰਦੇ ਸੀ ਸਰਦਾਰ ਜੀ ਕਹਿ ਕੇ ਹਰ ਇੱਕ ਸਨਮਾਨ ਦਿੰਦਾ ਸੀ ਇੱਕ ਬੰਦਾ ਕਹਿੰਦੇ ਸੁਣਾਈ ਸੀ ਕਿਸੇ ਨੇ ਇੱਕ ਬੰਦਾ ਕਹਿੰਦਾ ਬੰਦਿਆਂ ਨੂੰ ਕਹਿੰਦਾ ਯਾਰ ਤੁਸੀਂ ਜਦੋਂ ਇਹ ਲੰਘਦਾ ਇਹਨੂੰ ਬੜਾ ਮਾਣ ਦਿੰਦੇ ਹਾਂ ਉਹ ਕਹਿੰਦੇ ਵੀ ਚਲੋ ਕੋਈ ਨਹੀਂ ਵੱਡਾ ਸਿਆਣਾ ਬੰਦਾ ਸੂਝਵਾਨ ਆ ਚੰਗਾ ਵਾ ਉਹ ਦੂਜੇ ਤੀਜੇ ਦਿਨ ਕਿਤੇ ਉੱਧਰੋਂ ਤਾਰਾ ਸਿੰਘ ਮੂਹਰੇ ਆ ਗਿਆ ਉੱਧਰੋਂ ਉਹ ਬੰਦਾ ਮਿਲ ਗਿਆ ਉਹਨੂੰ ਕਹਿੰਦਾ ਸਰਦਾਰ ਜੀ ਸਤਿ ਸ੍ਰੀ ਅਕਾਲ ਉਹ ਕਹਿੰਦੇ ਤੂੰ ਕਿਉਂ ਕਿਹਾ ਕਹਿੰਦਾ ਪਤਾ ਨਹੀਂ ਯਾਰ ਆਪੇ ਹੀ ਬੁਲਾਈ ਗਏ ਇਹ ਪਿਆਰਿਓ ਜੀ ਤਾਂ ਤਪ ਤੇਜ ਹੈ ਨਾ ਆਪੇ ਹੀ ਬੁਲਾਈ ਜਾਂਦੀ ਹੈ ਪਤਾ ਨਹੀਂ ਲੱਗਦਾ ਗਾ ਇਹ ਮੈਂ ਤੁਹਾਡੇ ਤਾਂ ਗੱਲ ਦੱਸਦੀ ਵੀ ਤੁਹਾਡੇ ਪਿੰਡ ਦਾ ਸੀ ਨਾ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਇਸ ਗੱਲ ਦਾ ਪੁਰਾਣੇ ਬਾਹਲੇ ਚਿਰ ਦੀ ਗੱਲ ਨਹੀਂ ਨਾ ਜਿਹੜੇ ਬੰਦੇ ਦਾ ਤਾਂ ਪਰ ਕੋਈ ਹੋਵੇ ਹੁਣ ਵੀ ਹੈਗੇ ਬਹੁਤ ਲੋਕ ਜਦੋਂ ਲੰਘਦੇ ਅਗਲੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਨਾ ਚਾਹੁੰਦੇ ਵੀ ਬੁਲਾਉਣੀ ਪੈਂਦੀ ਕਈਆਂ ਦਾ ਜੀ ਨਹੀਂ ਕਰਦਾ ਹੁੰਦਾ ਬੁਲਾਉਣ ਨੂੰ ਪਰ ਮੱਲੋ ਮੱਲੀ ਬੁਲਾਈ ਜਾਂਦੀ ਆ ਇਹਨੂੰ ਤਪ ਕਹਿੰਦੇ ਆ ਨਾ ਚਾਹੁੰਦਿਆਂ ਵੀ ਅਗਲੇ ਨੂੰ ਸਨਮਾਨ ਦੇਣਾ ਉਹ ਕ੍ਰਿਸ਼ਨ ਨੂੰ ਪਤਾ ਸੀ ਵੀ ਮੇਰਾ ਲੋਕਾਂ ਨੇ ਸਤਿਕਾਰ ਕਰਨਾ ਕਿਉਂਕਿ ਯੁੱਗ ਪੁਰਸ਼ ਸੀ ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ ਈਰਖਾਵਾਦੀ ਹੈ ਉੱਥੇ ਚੱਲ ਗਏ ਯਾਰ ਰੱਬ ਦੇ ਘਰ ਦੀਆਂ ਪ੍ਰੇਮ ਦੀਆਂ ਕਹਾਣਾ ਕਥਾ ਕਹਾਣੀਆਂ ਨਾਲੇ ਕਰਾਂਗੇ ਨਾਲੇ ਆਪਣਾ ਕੱਲ੍ਹ ਨੂੰ ਮਿਲਾਂਗੇ ਕ੍ਰਿਸ਼ਨ ਜੀ ਗਏ ਬਿਦਰ ਦਾ ਇੰਨਾ ਪ੍ਰੇਮ ਸੀ ਦੋਨਾਂ ਦੇ ਮੀਆਂ ਬੀਵੀ ਬਿਦਰਾਣੀ ਉਹਦੇ ਘਰ ਵਾਲੀ ਦਾ ਤੇ ਉਹਦਾ ਕ੍ਰਿਸ਼ਨ ਜੀ ਉਹਦੇ ਘਰ ਗਏ ਇੰਨਾ ਉਹਨਾਂ ਨਾਲ ਪ੍ਰੇਮ ਸੀ ਉਹ ਕ੍ਰਿਸ਼ਨ ਦੇ ਮੁੱਖ ਵੱਲੀ ਝਾਕੀ ਜਾਣ ਦੋਨੋਂ ਦਰਸ਼ਨ ਕਰਦੇ ਸੀ ਤੇ ਨਾਲ ਪ੍ਰੇਮ ਨਾਲ ਉਹਨਾਂ ਨੂੰ ਫਲ ਛਕਾਉਣ ਲੱਗ ਗਏ ਉਹ ਬਿਦਰ ਦੇ ਘਰੋਂ ਬੀਬੀ ਸੀਗੀ ਉਹ ਕਹਿੰਦੀ ਮੈਂ ਚਲੋ ਮਹਾਰਾਜ ਆਏ ਇਹਨਾਂ ਨੂੰ ਛਕਾ ਦੇ ਕੋਈ ਉਹ ਕਹਿੰਦੇ ਕੇਲੇ ਦਾ ਪ੍ਰਸ਼ਾਦ ਛਕਾਉਣ ਲੱਗ ਗਏ ਇੰਨੀ ਬਿਦਰ ਤੇ ਕ੍ਰਿਸ਼ਨ ਦੀ ਬਚਨ ਕਰਦੇ ਸੀ ਬਿਦਰ ਦੇ ਘਰੋਂ ਬੀਬੀ ਇੰਨੀ ਆਨੰਦ ਚ ਚਲੀ ਗਈ ਉਹਨੇ ਕੇਲਾ ਛਿਲਿਆ ਧਿਆਨ ਨਹੀਂ ਰਿਹਾ ਕੇਲਾ ਸੁੱਟਤਾ ਤੇ ਸਿਲਕ ਕ੍ਰਿਸ਼ਨ ਨੂੰ ਫੜਾ ਤੀ ਤੇ ਕ੍ਰਿਸ਼ਨ ਨੇ ਆਉਣੀ ਕਿਹਾ ਵੀ ਮੈਨੂੰ ਕੇਲਾ ਤਾਂ ਸਿੜਤਾ ਸਿਲਕ ਦੇ ਤੀ ਉਹਨੇ ਵੀ ਪ੍ਰੇਮ ਦੇ ਨਾਲ ਸਿਲਕ ਖਾ ਲਈ ਖਾ ਗਿਆ ਐਵੇਂ ਨਹੀਂ ਤਾਕਤ ਮਿਲਦੀ ਗੀ ਬੜਾ ਬੜਾਪਣ ਐਵੇਂ ਨਹੀਂ ਮਿਲਦਾ ਗਾ ਆਪਾਂ ਤਾਂ ਦਾਲ 'ਚ ਲੂਣ ਮਿਰਚੀ ਗਿਣਨ ਲੱਗ ਜਾਂਦੇ ਹਾਂ ਉਹਨੇ ਛਿਲਕ ਖਾ ਲਈ ਕੇਲਾ ਅਗਲੇ ਨੇ ਸਿੜਤਾ ਕਹਿੰਦਾ ਕੋਈ ਨਹੀਂ ਪ੍ਰੇਮ ਦੀ ਵਸਤੂ ਆ ਦੂਜਾ ਵੀ ਦੇਤਾ ਫਿਰ ਛਿਲਕੀ ਦੇਤੀ ਤੇ ਬਿਦਰ ਕਹਿੰਦਾ ਉਹ ਹੋ ਕੀ ਕਰੀ ਜਾਂਦੀ ਹੈ ਕੇਲੇ ਸੁੱਟੀ ਜਾਂਦੀ ਹੈ ਤੇ ਛਿੜਕਾਂ ਫੜਾ ਉਹਦੇ ਕ੍ਰਿਸ਼ਨ ਵੀ ਆਨੰਦ 'ਚ ਬੈਠੇ ਹੋ ਦੇਣੇ ਆ ਵੀ ਇਹਨਾਂ ਦਾ ਪ੍ਰੇਮ ਕਿੰਨਾ ਤਾਰ ਜੁੜਦੇ ਨਾ ਜਦੋਂ ਭੇਤ ਕਿਸੇ ਨੂੰ ਨਹੀਂ ਲੱਗਦਾ ਗਾ ਉਹਨੇ ਬਿਦਰ ਨੇ ਕੇਲਾ ਫੜਾਤਾ ਤੇ ਜਦੋਂ ਇੱਕ ਬੁਰਕੀ ਮੂੰਹ ਨੂੰ ਲਾਈ ਉਹਨੇ ਕੇਲਾ ਸੁੱਟਤਾ ਕ੍ਰਿਸ਼ਨ ਨੇ ਬਿਦਰ ਕਹਿੰਦਾ ਮਹਾਰਾਜ ਕੀ ਹੋ ਗਿਆ ਕਹਿੰਦਾ ਫਿਰ ਉਹ ਰਸ ਨਹੀਂ ਆਇਆ ਬਿਦਰ ਹੁਣ ਜਿਹੜਾ ਪਹਿਲਾਂ ਸੀ ਇਹ ਜਿਹੜਾ ਪ੍ਰੇਮ ਦਾ ਰਸ ਆ ਨਾ ਪਿਆਰਿਓ ਇਹ ਚੀਜ਼ਾਂ ਨਾਲ ਨਹੀਂ ਮਿਲਦਾ ਗਾ ਸਭ ਤੋਂ ਵੱਡਾ ਰਸ ਪ੍ਰੇਮ ਦਾ ਮਹਾਰਾਜ ਨੇ ਤਾਂ ਕਿਹਾ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਜਿਹੜੇ ਪ੍ਰੇਮ ਕਰਦੇ ਆ ਨਾ ਪਰਮਾਤਮਾ ਨੂੰ ਪ੍ਰਾਪਤ ਵੀ ਉਹੀ ਕਰਦੇ ਆ ਤੇ ਫਿਰ ਬਿਦਰ ਦੀ ਕੋਈ ਕਹਾਣੀ ਆ ਸਾਗ ਬਣਾ ਲਿਆ ਬੀਬੀ ਬਣਾਉਂਦੀ ਰਹੀ ਨਾਲੇ ਮਨ ਦੇ ਵਿੱਚ ਚਾਹਣਾ ਰਹੀ ਬਚਨ ਕ੍ਰਿਸ਼ਨ ਤੋਂ ਸੁਣਨੇ ਆ ਤੇਜ਼ੀ ਤੇਜ਼ੀ 'ਚ ਮਿਰਚ ਪਾ ਗਈ ਲੂਣ ਪਾਉਣਾ ਭੁੱਲ ਗਈ ਤੇ ਕ੍ਰਿਸ਼ਨ ਮਹਾਰਾਜ ਨੂੰ ਪ੍ਰਸ਼ਾਦਾ ਪਰੋਸਤਾ ਕ੍ਰਿਸ਼ਨ ਜੀ ਨੇ ਜਦੋਂ ਬੁਰਕੀ ਲਾਈ ਉਹਨਾਂ ਨੇ ਦੇਖਿਆ ਵੀ ਲੂਣ ਤਾਂ ਹੈ ਨਹੀਂ ਮਿਰਚਾਂ ਹੀ ਰਹਿ ਗਈਆਂ ਇਕੱਲੀਆਂ ਸੋਚਿਆ ਵੀ ਜੇ ਸਾਗ ਬਚ ਗਿਆ ਇਹਨਾਂ ਨੂੰ ਪਤਾ ਲੱਗ ਜੂ ਤੇ ਦੁਖੀ ਬਹੁਤ ਹੋਣਗੇ
ਤੇ ਕ੍ਰਿਸ਼ਨ ਜੀ ਇੱਕ ਬੁਰਕੀ ਦੇ ਨਾਲ ਸਾਰੀ ਕੌਲੀ ਸਾਗ ਦੀ ਖਾ ਕੇ ਕਹਿੰਦੇ ਬੀਬੀ ਸਾਗ ਹੋਰ ਲਿਆ ਬੀਬੀ ਸਾਗ ਹੋਰ ਲਿਆ ਜਿੰਨਾ ਸਾਗ ਬਣਿਆ ਸੀ ਸਾਰਾ ਹੀ ਖਾ ਗਿਆ ਕ੍ਰਿਸ਼ਨ ਸਾਰਾ ਖਾ ਗਿਆ ਤੇ ਉਹਦੇ ਮਨ ਦੀ ਸ਼ਰਧਾ ਸੀ ਉਹਨੇ ਸੋਚਿਆ ਵੀ ਮੈਂ ਸਵਾਦ ਹੀ ਇੰਨਾ ਬਣਾਇਆ ਵਾ ਬਈ ਮਹਾਰਾਜ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਘੱਟ ਸਕਿਆ ਸਾਗ ਜ਼ਿਆਦਾ ਸਕ ਗਏ ਤੇ ਪਰ ਪਤਾ ਕਦੋਂ ਲੱਗਿਆ ਵੈਸੇ ਕ੍ਰਿਸ਼ਨ ਨੇ ਛੱਡਿਆ ਨਹੀਂ ਪਰ ਕਹਿੰਦੇ ਉਹਨੇ ਕੌਲੀ ਪਹੁੰਚ ਕੇ ਜਦੋਂ ਰਸ਼ਨਾ ਨੂੰ ਨਾ ਆਈ ਫਿਰ ਮਿਰਚਾਂ ਦਾ ਸਵਾਦ ਹੀ ਆਇਆ ਲੂਣ ਦਾ ਹੈ ਹੀ ਨਹੀਂ ਸੀ ਫਿਰ ਸੋਚਿਆ ਉਹ ਕਹਿੰਦੀ ਮਹਾਰਾਜ ਤੁਸੀਂ ਸਾਗ ਕਿਉਂ ਸਾਰਾ ਖਾਧਾ ਉਹ ਕਹਿੰਦੇ ਵੀ ਪ੍ਰਿਆ ਸਵਾਦ ਹੀ ਬੜਾ ਸੀ ਉਹ ਕਹਿੰਦੀ ਜਿਹੜੇ ਤਾਂ ਲੂਣ ਹੀ ਹੈ ਨੀ ਉਹ ਕਹਿੰਦਾ ਲੂਣ ਨਾਲ ਨਹੀਂ ਸਾਗ ਸਵਾਦ ਬਣਦਾ ਸਾਗ ਪ੍ਰੇਮ ਨਾਲ ਸਵਾਦ ਬਣਦਾ ਖਾਧਾ ਬਾਣੀ ਦੇ ਵਿੱਚ ਦਰਜ ਹੈ ਸਾਰੀਆਂ ਗੱਲਾਂ ਗੁਰੂ ਪਿਆਰਿਓ ਕਹਿੰਦੇ ਤਾਂ ਉਹਨਾਂ ਦੇ ਘਰ ਗਿਆ ਇਹ ਪ੍ਰੇਮ ਦੀ ਸਟੋਰੀ ਹੈ ਨਾ ਪਰਮਾਤਮਾ ਪਰਮੇਸ਼ਰ ਕਿਸੇ ਦੇ ਲੀੜੇ ਕੱਪੜੇ ਨਹੀਂ ਦਿੰਦਾ ਪਰਮਾਤਮਾ ਕਿਸੇ ਦਾ ਧਨ ਦੌਲਤ ਨਹੀਂ ਦਿੰਦਾ ਉਹ ਘਰ ਬੰਗਲੇ ਨਹੀਂ ਦਿੰਦਾ ਗਾ ਪ੍ਰਭੂ ਪ੍ਰੇਮ ਦਿੰਦਾ ਰੱਬ ਦੇ ਪਿਆਰੇ ਵੀ ਪ੍ਰੇਮ ਦਿੰਦੇ ਆ ਇਸ ਲਈ ਤੇ ਜਿਹੜੇ ਵਾਹਿਗੁਰੂ ਦੀ ਬੰਦਗੀ ਕਰਦੇ ਆ ਉਹਨਾਂ ਨੂੰ ਉੱਚੀਆਂ ਅਵਸਥਾ ਮਿਲ ਜਾਂਦੀਆਂ ਉਹ ਕਹਿੰਦੇ ਆ ਦੇਖੋ ਨੀਚ ਜਾਤ ਸੀ ਪਰ ਜਪਿਆ ਕਿਹਨੂੰ ਵਾਹਿਗੁਰੂ ਨੂੰ ਉੱਚੀ ਪਦਵੀ ਪਾ ਗਏ ਉੱਚੀਆਂ ਅਵਸਥਾ ਦੇ ਮਾਲਕ ਬਣ ਗਏ ਵੱਡੇ ਹੋ ਗਏ ਤੇ ਇਹ ਪੁੱਛੋ ਕੀ ਤੋਂ ਕਹਿੰਦੇ ਵਿਦਰ ਤੋਂ ਪੁੱਛੋ ਜਿਹੜਾ ਦਾਸੀ ਦਾ ਪੁੱਤਰ ਸੀ ਕਿੱਥੇ ਰਾਜੇ ਦਾ ਕਿੱਥੇ ਦਾਸੀ ਦਾ ਫਰਕ ਕਿੰਨਾ ਵਾ ਕਿੱਥੇ ਦਾਸੀ ਦਾ ਪੁੱਤਰ ਕਿੱਥੇ ਰਾਜੇ ਦਾ ਪੁੱਤਰ ਰਾਜੇ ਦੇ ਪੁੱਤਰ ਦੇ ਘਰੇ ਨਹੀਂ ਗਏ ਦਾਸੀ ਦੇ ਪੁੱਤਰ ਦੇ ਘਰੇ ਗਏ ਮਾਰੇ ਕਹਿੰਦੇ ਕਿਸਨ ਉਤਰਿਆ ਘਰ ਜਿਸ ਜਾਏ ਕਹਿੰਦੇ ਜਿਹਦੇ ਘਰੇ ਜਾ ਕੇ ਕ੍ਰਿਸ਼ਨ ਜੀ ਨੇ ਉਤਾਰਾ ਕਰਿਆ ਇਹ ਕਥਾ ਵਾ ਕਹਾਣੀ ਹੈ ਪਿਆਰਿਓ ਜੁੱਗਾਂ ਦੀਆਂ ਮਰਜ਼ਾਦਾ ਨੇ ਦੁਆਪਰ ਯੁੱਗ ਦਾ ਇਤਿਹਾਸ ਪੜਿਓ ਆਹ ਕਥਾ ਤੁਹਾਡੇ ਸਾਹਮਣੇ ਆਊਗੀ ਚੌਥੇ ਪਾਤਸ਼ਾਹ ਕਹਿੰਦੇ ਇੱਥੇ ਜਾਤਾਂ ਪਾਤਾਂ ਦੀ ਗੱਲ ਨਹੀਂ ਇੱਥੇ ਸ਼ੁੱਧ ਪ੍ਰੇਮ ਦੀ ਗੱਲ ਹੈ ਜਿਹੜਾ ਪ੍ਰੇਮ ਕਰਦਾ ਉਹਨੂੰ ਪ੍ਰਾਪਤੀ ਹੁੰਦੀ ਹੈ ਪ੍ਰੇਮ ਦਾ ਭਾਵ ਭਗਤੀ ਹੈ ਇਹਨੂੰ ਪ੍ਰੇਮਾ ਭਗਤੀ ਕਹਿੰਦੇ ਆ ਨੌ ਪ੍ਰਕਾਰ ਦੀ ਭਗਤੀ ਹੈ ਸਭ ਤੋਂ ਉੱਤਮ ਪ੍ਰੇਮਾ ਭਗਤੀ ਮੰਨਿਆ ਗਿਆ ਤੇ ਜਿਹਨੂੰ ਪ੍ਰੇਮ ਫਿਰ ਉਹ ਤਾਂ ਯਾਦ ਕਰਦਾ ਹੀ ਹੈ ਯਾਦ ਕਰਨ ਨੂੰ ਜਾਪ ਕਹਿੰਦੇ ਆ ਵਾਹਿਗੁਰੂ ਦਾ ਸਿਮਰਨ ਕਰਨਾ ਸਿਮਰਨ ਕੀ ਹੈ ਮਨ ਕਰਕੇ ਵਾਰ ਵਾਰ ਯਾਦ ਕਰਨਾ ਜਦੋਂ ਨਾ ਮਨ ਕਰਕੇ ਯਾਦ ਕਰਕੇ ਇੱਕ ਬੁੱਲਾਂ ਨਾਲ ਜਾਪ ਕਰਦੇ ਆ ਉਹ ਬੁੱਲ ਹਿਲਾਈ ਜਾਣਗੇ ਸ਼ਬਦ ਨਹੀਂ ਚੱਲਦਾ ਹੁੰਦਾ ਦਿਖਾਵਾ ਹੀ ਹੁੰਦਾ ਕੱਲੇ ਬੁੱਲ ਹਿੱਲ ਪੈਂਦੇ ਇੱਕ ਰਸ਼ਨਾ ਹਿਲਦੀ ਹੈ ਇੱਕ ਕਾਂ ਹਿਲਦਾ ਇੱਕ ਦਿਮਾਗ ਚ ਸੋਚਦੇ ਆ ਇੱਕ ਅੰਦਰੋਂ ਜਪਦੇ ਆ ਇੱਥੇ ਮੈਂ ਕਹਿੰਦੇ ਜਿਹੜੇ ਅੰਦਰੋਂ ਜਪਦੇ ਆ ਨਾ ਉਹਨਾਂ ਨੂੰ ਉੱਤਮ ਪਦਵੀ ਮਿਲਦੀ ਹੈ ਮਿਲਦਾ ਤਾਂ ਸਾਰਿਆਂ ਨੂੰ ਹੀ ਇਉਂ ਨਹੀਂ ਵੀ ਮੂੰਹ ਨਾਲ ਵੀ ਹਿਲਾਉਣ ਵਾਲਿਆਂ ਨੂੰ ਕੁਛ ਨਹੀਂ ਮਿਲਦਾ ਗਾ ਮਿਲਦਾ ਵਾ ਸਾਰਿਆਂ ਚੋਂ ਉੱਚੀ ਅਵਸਥਾ ਉਹਨਾਂ ਨੂੰ ਮਿਲਦੀ ਹੈ ਜਿਹੜੇ ਅੰਦਰੋਂ ਜੁੜ ਕੇ ਕਰਦੇ ਆ ਤੇ ਮਿਲੀ ਹੈ ਤੇ ਕਹਿੰਦੇ ਭਗਵਾਨ ਦੇ ਘਰੇ ਨਹੀਂ ਜਾਣਾ ਪੈਂਦਾ ਭਗਵਾਨ ਉਹਨਾਂ ਦੇ ਘਰੇ ਆਉਂਦਾ ਆ ਸਰੀਰ ਨੂੰ ਵੀ ਘਰ ਕਿਹਾ ਜਿਵੇਂ ਦਾਸੀ ਦੇ ਪੁੱਤਰ ਦੇ ਘਰੇ ਭਗਵਾਨ ਗਿਆ ਨਾ ਪ੍ਰਭੂ ਜੀ ਹਿਰਦੇ ਰੂਪੀ ਘਰ ਦੇ ਵਿੱਚ ਆਪ ਰਾਜਮਾਨ ਹੁੰਦੇ ਆ ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ ਆ ਤੇ ਉੱਚੀਆਂ ਅਵਸਥਾ ਦੇ ਮਾਲਕ ਬਣ ਜਾਂਦੇ ਆ ਕਿਵੇਂ ਬਣਦੇ ਆ ਆਓ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਇਉਂ ਸਮਝਾਉਂਦੇ ਆ ਹਰ ਕੀ ਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁਖ ਭੂਖ ਸਭ ਲੈ ਜਾਏ ਰਹਾ ਗੁਰੂ ਜੀ ਕਹਿੰਦੇ ਪਿਆਰਿਓ ਇਹ ਪਰਮੇਸ਼ਵਰ ਦੀ ਵਾਹਿਗੁਰੂ ਦੀ ਕਥਾ ਹਰ ਕੀ ਅਕਥ ਅਕਥ ਕਹਿੰਦੇ ਜਿਹਨੂੰ ਕਥਨ ਨਾ ਕਰਿਆ ਜਾ ਸਕੇ ਉਹ ਕਹਾਣੀ ਹੈ ਉਹ ਸਟੋਰੀ ਹੈ ਜਿਹੜੀ ਸਾਡੀ ਸਮਝ ਤੋਂ ਪਰੇ ਹੈ ਪਰ ਇਹ ਸੁਣਾਉਣ ਵਾਲੇ ਤਾਂ ਉਹ ਹੀ ਆ ਨਾ ਮਾਲਕ ਜਿਹਨਾਂ ਨੇ ਲਿਖੀ ਹੈ ਕਹਿੰਦੇ ਇਹਨੂੰ ਕਥਨ ਕਰਨਾ ਔਖਾ ਵਾ ਪਰ ਮੈਂ ਸੁਣਾ ਰਿਹਾ ਕਥਾ ਉਹ ਜਿਹਨੂੰ ਕਥਨ ਕਰਨਾ ਔਖਾ ਵਾ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਥਨ ਤਾਂ ਹੁੰਦਾ ਨਾ ਵੀ ਮੈਂ ਕਿਸੇ ਦੀ ਗੱਲ ਸੁਣਾ ਦੇਈਏ ਤੇ ਮੁੱਕ ਜੂਗੀ ਇਹ ਮੁੱਕਣ ਵਾਲੀ ਸਟੋਰੀ ਨਹੀਂ ਗੀ ਬੇਅੰਤ ਹੈ ਇਹ ਤਾਂ ਯੁੱਗਾਂ ਤੋਂ ਚੱਲੀ ਆ ਰਹੀ ਹੈ ਤੇ ਯੁੱਗਾਂ ਤੱਕ ਚੱਲਦੀ ਰਹਿਣੀ ਹੈ ਸਮਾਪਤੀ ਨਹੀਂ ਹੋਣੀ ਇਹਦੀ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਨ ਪਿਆਰੇ ਭਾਈਓ ਸੁਣੋ ਦੇਖੋ ਗੁਰੂ ਸਾਡੇ ਨਾਲ ਕਿੰਨਾ ਪਿਆਰ ਕਰਦੇ ਆ
अपना बना के समझाते हैं भाई भरा कहते हैं ना भाई शब्द के बहुत अर्थ ने प्यारे हो पर आप भाई भरा कहने ना बड़े सन्मान योग शब्द ने भाई साहब जो बड़े होंगे साहब भी कहने भाई साहब भाई साहब की अवस्था बहुत बड़ी है इतने महाराज ने भाई कहा कहते जी ये कथा वा जो सुनोगे भाई साहब जनो जित सहसा जिदे संसा संसा की है नाना प्रकार चिंतावान ने चिंता एक चिंता नहीं बेअंत नाना प्रकार की चिंता बंदे संसा नदी है इनू पार पाना औखा वा संसे वाली नदी नहीं तरी जा सकती संसा बहुत बड़ा मारे कहते जित सहसा दुख दुख हुण दुख किन्ने है दुखां दा अंत ही कोई नहीं गा सा सा ना दुख है स्वामी जी मर गए बड़े जिहड़े उच्चे जीवन वाले अवतारी लोग है ਉਹ ਤਾਂ ਕਹਿੰਦੇ ਦੁੱਖ ਕਿੰਨੇ ਆ ਕਹਿੰਦੇ ਸਾਹ ਇੱਕ ਹੈ ਤੇ ਦੁੱਖ ਹਜ਼ਾਰ ਹੈ ਇੱਕ ਦਮ ਦੁੱਖ ਦੁੱਖ ਹਜ਼ਾਰ ਹਰ ਦਮ ਦਮ ਹਰ ਇੱਕ ਸਾਹ ਦੇ ਨਾ ਹਜ਼ਾਰਾਂ ਦੁੱਖ ਆ ਬੰਦੇ ਨੂੰ ਤੇ ਤਿੰਨ ਦੁੱਖ ਦੇ ਕਾਰਨ ਨੇ ਦੁੱਖ ਦਾ ਕਾਰਨ ਤਿੰਨ ਹੈ ਇੱਕ ਤਨ ਕਾਰਨ ਇੱਕ ਮਨ ਕਾਰਨ ਇੱਕ ਆਤਮਾ ਵੀ ਹੈ ਤਨ ਦਾ ਕਾਰਨ ਕੀ ਹੈ पैर दे अंगूठे तो लैके सिर दी चोटी तक दुख है लत्तां दुखदी है गोडे दुखदे है ढुई दुखदी है मोढे दुखदे है कन्न दुखदा अख दुखदी है दंद दुखदा सिर दुखदा बहुत कुछ है कल्ले तन ची किन्ने दुख ने फिर मन है मन दुखदा क्यों बच्चे ने गल नहीं मनी तां दुखी है कम ना सत होया तां दुखी है सोच अनुसार ना कर्म होया तां दुखी है मन दुखदा आत्मा नूं दुख कदों मिलदा जो गुरु दी गल सुणांगे फिर आत्मक दुख मिलूगा इत्थे महारे कहिंदे प्यारिओ जिन्हां ने अकथ कथा सुन ली उन्हां नूं की कहिंदे सहसा दुख कहिंदे उह सारा संसार सारे दुख भूख भुख कहदी है माया भी चीजा की हम माया भी की है इतने वह माया कहा पर असलियत माया भी की है मनुख धियां पुतां की माया भी है ना चाहता भी मेनू पुत्र की जे पहला पुत्र मंगता है जे दो चार पांच साल लंघ जाए फिर आ जाता चल महाराज नहीं पुत तक धीओ ही दे मंगता ना धी पुत्र माया भी है फिर होर मंगता आ धन दे आ चीजा मिल जाए आ मिल जाए आ मिल जाए आ मिल जाए माया भी बेअंत है बेअंती मंगा अपन मंगी जाने ते देने वाला दे भी जाता है जो मंग है ठाकर अपने ते सोई सोई मंगण वाले चाहिए है देने वाले दे बिना मंगिया तो भी दिता है मेरे कहते भुख सब लह जाए कहते प्यारे चाहना ही नहीं रही कोई जिन्हें ने अकथ कथा सुन ली वाहेगुरु के नाम का महात्म जान गए उन्होंने किसी चीज की चाहना नहीं रही माया भी चीज नहीं मंगते किनू मंगते है वह तो वह नाम मंगते है वाहेगुरु तो भगत का साडे मंगण का अंतर है असी मंगते हैं भी सानू धन चाहिए सानू जमीन चाहिए आ सानू आ मशीनरी चाहिए आ चाहिए जेड़े वाहेगुरु के प्यारे वह भी मंगते कहते नाम चाहिए सत्संग चाहिए है सेवा चाहिए है तो जो दिता फिर वह दान करने की ताकत चाहिए है ताकत तो बिना दान भी नहीं होंगे गा कई बार जो बाला तकड़ा होंगे ना शक्ति इन ही कहें बंदा वो तकड़ा होंगे लोगों को देखने भी बड़ा तकड़ा है पर जेब चो परस कड़ता उन्हें फरोला फरोली कर देता है की भालता है सारे तो छोटा नोट कादे लई दान करना ताकत नहीं हैगी ताकत तो बिना नाम नहीं दान नहीं करया जांदा ते कई बारी देखण नूं अलग अलग गरीब है
ਇਹਦੇ ਕੋਲ ਵਿਚਾਰੇ ਕਈ ਗਣ ਕਹੇ ਤੋ ਕੀ ਮੰਗਣਾ ਯਾਰ ਇਹਦੇ ਕੋਲ ਕੀ ਹੋਊਗਾ ਨਹੀਂ ਯਾਰ ਆਪਾਂ ਘਰ ਨਹੀਂ ਛੱਡਣਾ ਕੋਈ ਮੰਗ ਲਈਏ ਚੰਗੇ ਬੰਦਿਆਂ ਦੀ ਸੋਚ ਹੁੰਦੀ ਉਹਦੇ ਮੰਗੋ ਚਲੇ ਜਾਂਦੇ ਆ ਉਹ ਗਰੀਬ ਵੀ ਬਟੂਕਾ ਕੱਢ ਲੈਂਦਾ ਉਹ ਸਾਰੀਆਂ ਜੇਬਾਂ ਫਰੋਲ ਲੈਂਦਾ ਕਾਹਦੇ ਲਈ ਛੋਟਾ ਨੋਟ ਨਹੀਂ ਭਾਲਦਾ ਇੱਕ ਅੱਧਾ ਲੁਕੋ ਕੇ ਰੱਖਿਆ ਹੁੰਦਾ ਵੀ ਕਿਤੇ ਦੁੱਖ ਸੁੱਖ ਵੇਲੇ ਕੰਮ ਆਊਗਾ ਆਪਾਂ ਸਾਰੇ ਦੁਨੀਆਦਾਰੀ ਆ ਨਾ ਇਹ ਗੱਲ ਹੈਗੀ ਆ ਜਦੋਂ ਬੰਦੇ ਤੇ ਸਮਾਂ ਆਉਂਦਾ ਲੁਕੋ ਕੇ ਇੱਕ ਅੱਧਾ ਨੋਟ ਰੱਖ ਲੈਂਦਾ ਕਿਸੇ ਨਾ ਕਿਸੇ ਜੇਲ੍ਹ 'ਚ ਵੀ ਕਿਤੇ ਨਾ ਕਿਤੇ ਇਹੋ ਜਿਹੀ ਲੋੜ ਪੈ ਗਈ ਯਾਰ ਮੰਗਿਆ ਵੀ ਨਾ ਮਿਲਿਆ ਉਹਦੇ ਕੱਢਾਂਗੇ ਉਹ ਫਿਰ ਉਹ ਨੋਟ ਭਾਲਦਾ ਹੁੰਦਾ ਵੱਡਾ ਕਾਹਦੇ ਲਈ ਦਾਨ ਕਰਨਾ ਜ਼ਿਆਦੇ ਤਾਕਤ ਹੈ ਜਿਹਦੇ ਕੋਲੇ ਜ਼ਿਆਦੇ ਸੱਤਿਆ ਵਾ ਤਾਕਤ ਹੈ ਦਾਨ ਕਰਨ ਦੀ ਨਾਮ ਜਪਣ ਦੀ ਹੁਣ ਕਈ ਹੈ ਚੌਂਕੜੀ ਮਾਰ ਕੇ 20 ਮਿੰਟ ਨਹੀਂ ਬੈਠ ਸਕਦੇ ਕਿਉਂ ਸਤਸੰਗ 'ਚ ਨਹੀਂ ਬੈਠਿਆ ਜਾਂਦਾ ਕਾਰਨ ਸੱਤਿਆ ਨਹੀਂ ਹੈਗੀ ਬੈਠਣ ਦੀ ਨਾ ਸੁਣਨ ਦੀ ਤਾਕਤ ਹੈ ਨਾ ਬਹਿਣ ਦੀ ਤਾਕਤ ਚਲੋ ਚੱਲੀਏ ਵੀ ਬੜਾ ਚਿਰ ਹੋ ਗਿਆ ਤੇ ਕਈਆਂ ਨੇ ਕਹਿਣਾ 2 ਘੰਟੇ ਲਾ ਕੇ ਉੱਠ ਖੜ ਕੇ 2.5 ਕਹਿਣਗੇ ਅੱਜ ਥੋੜਾ ਜਿਹਾ ਚਿਰ ਹੀ ਲਾਇਆ ਤੇ ਜਿਹਨੂੰ ਸੱਤਿਆ ਹੈ ਨੀ ਉਹ ਕਹੂਗਾ ਜਰ ਅੱਜ ਤਾਂ ਹਟਦਾ ਹੀ ਨਹੀਂ ਅਸਲੀਅਤ ਆ ਨਾ ਉਹ ਕਹੂਗਾ ਅੱਜ ਹਟਦਾ ਹੀ ਨੀਗਾ ਪਤਾ ਨੀ ਕੀ ਖਾਇਆ ਆ ਜੇ ਜਿਹਨੇ ਤਾਕਤ ਆ ਉਹ ਕਹਿੰਦਾ ਯਾਰ ਅੱਜ ਮਿੰਟ ਹੀ ਲਾਇਆ ਪਤਾ ਨਹੀਂ ਕਿਉਂਕਿ ਉਹਨਾਂ ਨੂੰ ਸਮੇਂ ਦਾ ਪਤਾ ਨਹੀਂ ਲੱਗਦਾ ਗਾ ਇਹ ਸੱਤਿਆ ਵਾ ਇਹ ਮੰਗਦੇ ਆ ਮਹਾਰੀ ਕਹਿੰਦੇ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜੇ ਦੱਸੇ ਸਾ ਦੁੱਖ ਭੋਗ ਸਭ ਲਹਿ ਜਾਏ ਸਾਰਾ ਖਤਮ ਸੰਸਾਰਕ ਚੀਜ਼ਾਂ ਦੀ ਭੁੱਖ ਨਹੀਂ ਰਹਿੰਦੀ ਕਿਹੜੀ ਰਹਿੰਦੀ ਸੱਚੇ ਨਾਮ ਦੀ ਲੱਗੈ ਆ ਭੁੱਖ ਲੱਗਦੀ ਆ ਭੁੱਖ ਦਾ ਨਾ ਬੰਦੇ ਨੂੰ ਮਾਇਆ ਖਾਂਦਾ ਤਾਂ ਨਹੀਂ ਪੈਲੀ ਖਾਂਦਾ ਤਾਂ ਨਹੀਂ ਪਰ ਭੁੱਖ ਤਾਂ ਹੈਗੀ ਆ ਨਾ ਨਾਲ ਕਿਹਦੀ ਲੱਗਦੀ ਹੁੰਦੀ ਆ ਆਪਦੇ ਪਰਿਵਾਰ ਆ ਜਿਹਦੇ ਨਾਲ ਵੱਟ ਲੱਗਦੀ ਆ ਆਪਦੇ ਹੁੰਦੇ ਆ ਦੂਜੀ ਪੀੜ੍ਹੀ 'ਚ ਨਹੀਂ ਤੀਜੀ 'ਚ ਨਹੀਂ ਚੌਥੀ 'ਚ ਲਾਣਾ ਹੀ ਹੁੰਦਾ ਪਰ ਚਾਹਣਾ ਹੁੰਦੀ ਆ ਵੀ ਇਹਦੇ ਵਾਲੀ ਮੈਨੂੰ ਮਿਲ ਜੇ ਜਾਵੇ ਕਾਰਨ ਭੁੱਖ ਆ ਮਹਾਰੇ ਕਹਿੰਦੇ ਭੁੱਖ ਲੈਂਦੀ ਰਹੇਗੀ ਭਾਵੇਂ ਸਾਰੀ ਦੁਨੀਆ ਦੀ ਜ਼ਮੀਨ ਦਾ ਮਾਲਕ ਬਣ ਜੇ ਬੰਦੇ ਦੀ ਹਸੀਅਤ ਆ ਨਾ ਕਹਿੰਦਾ ਆਹ ਬਣ ਜਾ ਆਹ ਬਣ ਜਾ ਹੋ ਜਾ ਹੋ ਜੇ ਆਹ ਹੋ ਜੇ ਕਹੀ ਜਾਂਦਾ ਪਰ ਲੈਂਦੀ ਨਹੀਂ ਮੇਰੇ ਕਹਿੰਦੇ ਕਿਉਂ ਨਹੀਂ ਲੈਂਦੀ ਗੁਰਬਾਣੀ ਕਹਿੰਦੇ ਕਹਿੰਦੇ ਭੁੱਖਿਆ ਭੁੱਖ ਨਾ ਉਤਰੈ ਜੇ ਬੰਨਾ ਪੁਰੀਆਂ ਲੈਂਦੀ ਨਹੀਂ ਪਰ ਜਦੋਂ ਮਾਰੇ ਕਹਿੰਦੇ ਆਹ ਕਥਾ ਸੁਣਾਂਗੇ ਨਾ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਮੇਰੇ ਪਿਆਰੇ ਭਰਾਵੋ ਆਹ ਕਹਾਣੀ ਸੁਣ ਲਓ ਆਹ ਗੁਰਬਾਣੀ ਦੀ ਕਥਾ ਸੁਣੋ ਇੱਕ ਕਹਾਣੀ ਹੈ ਇੱਕ ਗੁਰਬਾਣੀ ਹੈ ਕਹਾਣੀ ਕਾਹਦੀ ਹੈ ਕ੍ਰਿਸ਼ਨ ਦੀ ਤੇ ਕਿਉਂਕਿ ਅਗਲੇ ਪ੍ਰੰਤਨ ਸਟੋਰੀਆਂ ਬਣ ਗਈਆਂ ਕਿਤਾਬਾਂ 'ਚ ਵੀ ਲਿਖੀ ਗਈ ਪਰ ਆਹ ਜਿਹੜੀ ਬੋਲ ਰਹੇ ਆ ਗੁਰਬਾਣੀ ਹੈ ਇਹ ਗ੍ਰੰਥ ਸਾਹਿਬ 'ਚ ਹੈ ਇੱਕ ਗ੍ਰੰਥ ਹੈ ਜਿਹੜਾ ਸਾਰੇ ਗ੍ਰੰਥਾਂ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਇੱਥੇ ਕਥਾ ਤੇ ਕਹਾਣੀ ਪ੍ਰੰਤਨ ਕਹਾਣੀਆਂ ਸਟੋਰੀਆਂ ਇਹ ਸਾਡੀ ਸੋਚ ਹੈ ਕੁਛ ਕਹਿ ਲਓ ਹੈ ਉਹ ਵੀ ਕਥਾ ਕਿਉਂ ਕਿਉਂਕਿ ਇੱਥੇ ਮਹਾਰਾਜ ਨੇ ਉਹਨੂੰ ਵੀ ਕਥਾ ਦਾ ਦਰਜਾ ਦਿੱਤਾ ਕੀ ਕਹਿੰਦੇ ਪਹਿਲਾਂ ਨਾਂ ਲਿਆ ਕਹਿੰਦੇ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁੱਖ ਭੋਗ ਸਭ ਲੈ ਜਾਏ ਇੱਕ ਸੁਣੋ ਕਹਾਣੀਆਂ ਸੁਣੋ ਜੁੱਗਾਂ ਜੁਗਾਂਤਰਾਂ ਦੀਆਂ ਕਥਾਵਾਂ ਇਹ ਕਥਾ ਜੁੱਗਾਂ ਦੀਆਂ ਮਰਜ਼ਾਦਾ ਵਾ ਅੱਜ ਜੁੱਗ ਹੈ ਇੱਥੇ ਗੁਰੂ ਜੀ ਕਹਿੰਦੇ ਰਹਾਓ ਵਿਛੜਾਂ ਗੁਰੂ ਪਿਆਰਿਓ ਇਹ ਨਹੀਂ ਵੀ ਪਿਛਲੇ ਯੁੱਗਾਂ 'ਚ ਹੀ ਸਾਰਾ ਕੁਛ ਹੋ ਗਿਆ ਹੁਣ ਵੀ ਹੈ ਇਸ ਯੁੱਗ 'ਚ ਵੀ ਬਹੁਤ ਕੁਛ ਹੈ ਕੀ ਹੈ ਆਓ ਸੁਣਦੇ ਹਾਂ ਗੁਰੂ ਜੀ ਕਿਰਪਾ ਕਰਦੇ ਨੇ ਸਮਝਾਉਂਦੇ ਆ ਚੌਥੇ ਪਾਤਸ਼ਾਹ ਇਉਂ ਕਹਿ ਰਹੇ ਆ ਰਵਦਾਸ ਜਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ ਰਵਿਦਾਸ ਮਹਾਨ ਭਗਤ ਨੇ ਬੜੀ ਆਪਣੇ ਆਪ ਨੂੰ ਕਹਿਣਾ ਔਖਾ ਵਾ
ਇੱਥੇ ਸੰਸਾਰ ਆ ਨਾ ਆਪਦੀ ਉਸਤਤੀ ਚ ਤਾਂ ਹਰ ਇੱਕ ਬੰਦਾ ਸ਼ਬਦ ਚਾਰ ਸੁਣ ਲੂਗਾ ਤੇ ਕਹਿ ਦੂਗਾ ਜੇ ਕੋਈ ਉਹਦੇ ਨਾਮ ਨਾਲ ਕੋਈ ਸ਼ਬਦ ਲੱਗ ਜੇ ਨਾ ਛੋਟਾ ਫਿਰ ਉਹਨੂੰ ਆਪਣੇ ਆਪ ਤੇ ਨਹੀਂ ਉਹਦੇ ਤੇ ਗਲਾਨੀ ਹੁੰਦੀ ਆ ਜਿਹੜਾ ਕਹਿੰਦਾ ਵੀ ਇਹਨੇ ਮੈਨੂੰ ਯਾਰ ਇਹ ਕਿਹਾ ਤੇ ਰਵਿਦਾਸ ਕਿੱਡਾ ਵੱਡਾ ਵਾ ਉਹਨੇ ਆਪਣੇ ਆਪ ਨੂੰ ਕਿਹਾ ਕਹਾ ਰਵਿਦਾਸ ਚਮਾਰਾ ਕਹਿੰਦਾ ਮੈਂ ਰਵਿਦਾਸ ਆ ਚਮਾਰਾ ਮੈਂ ਕਹਿੰਦਾ ਕਿੰਨੇ ਸ਼ਬਦਾਂ ਚ ਕਿਹਾ ਹੁਣ ਮੈਂ ਇੱਥੇ ਸ਼ਬਦ ਜੇ ਗਿਣਾ ਬੇਅੰਤਾ ਸ਼ਬਦ ਇੱਥੇ ਗੁਰੂ ਜੀ ਕਹਿੰਦੇ ਦੱਸਦੇ ਨੇ ਕਹਿੰਦੇ ਪਿਆਰਿਓ ਸਾਡੇ ਮਨ ਦੇ ਵਿੱਚੋਂ ਮੈਲ ਨਹੀਂ ਜਾਂਦੀ ਗੀ ਅਸੀਂ ਰੱਬ ਦੇ ਪਿਆਰੇ ਪੁੱਤਰਾਂ ਨੂੰ ਵੀ ਉਹਨਾਂ ਦੇ ਕੰਮ ਨਾਲ ਆਂਕਦੇ ਹਾਂ ਉਹਨਾਂ ਦੇ ਕਰਮ ਨਾਲ ਆਂਕਦੇ ਹਾਂ ਕਰਮ ਹੈ ਨਾ ਕਿਰਤ ਤਾਂ ਕਰਮ ਹੈ ਹੁਣ ਕਰਮ ਕੀ ਸੀ ਕਹਿੰਦੇ ਰਵਿਦਾਸ ਚਮਾਰ ਚੰਮ ਦਾ ਕਰਮ ਕਰਦਾ ਜੋੜੇ ਗਣਦਾ ਸੀ ਜੁੱਤੀਆਂ ਬਣਾਉਂਦਾ ਸੀ ਤੇ ਪਰ ਸੀ ਉਸਤਤ ਕਰੈ ਹਰ ਕੀਰਤ ਨਿਮਕ ਇੱਕ ਗਾਏ ਕਹਿੰਦੇ ਇੱਕ ਪਲ ਵੀ ਨਹੀਂ ਸੀ ਬੇਅਰਥ ਨਿੰਗਣ ਦਿੰਦਾ ਵਾਹਿਗੁਰੂ ਦੀਆਂ ਉਸਤਤੀਆਂ ਕਰਦਾ ਸੀ ਪ੍ਰਭੂ ਦੇ ਗੁਣ ਗਾਉਂਦਾ ਸੀ ਪਰਮੇਸ਼ਰ ਨਾਲ ਜੁੜਿਆ ਹੋਇਆ ਸੀ ਆਪਦਾ ਕੰਮ ਵੀ ਕਰੀ ਜਾਂਦਾ ਸੀ ਤੇ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਵੀ ਕਰਦਾ ਸੀ ਹੁਣ ਮੈਂ ਇੱਥੇ ਦ੍ਰਿਸ਼ਟਾਂਤ ਤਾਂ ਕਈ ਨੇ ਦੇਣ ਵਾਲੇ ਪਰ ਸੰਖੇਪ ਦੇ ਵਿੱਚ ਇੱਕ ਦੋ ਛੋਟੇ ਛੋਟੇ ਦੇਵਾਂਗੇ ਇੱਕ ਵਾਰੀ ਇੱਕ ਪੰਡਿਤ ਸੀ ਤੁਰੇ ਜਾਂਦੇ ਦਾ ਜੋੜਾ ਟੁੱਟ ਗਿਆ ਪੁੱਛ ਲਿਆ ਕਿਸੇ ਨੂੰ ਕਹਿੰਦਾ ਵੀ ਜੁੱਤੀ ਕਢਾਉਣੀ ਆ ਉਹ ਕਹਿੰਦੇ ਵੀ ਟਾਈਮ ਲੱਗੂਗਾ ਉਹ ਕਹਿੰਦਾ ਮੈਂ ਯਾਰ ਯਾਤਰਾ ਤੇ ਜਾਣਾ ਉਹ ਕਹਿੰਦਾ ਵੀ ਜੇ ਯਾਤਰਾ ਤੇ ਜਾਣਾ ਫਿਰ ਤੇਰਾ ਹੋਰ ਤਾਂ ਨਹੀਂ ਕਿਸੇ ਨੇ ਜੋੜਾ ਕੱਢਣਾ ਰਵਿਦਾਸ ਕੋਲੇ ਲਿਆ ਜਾ ਰਵਿਦਾਸ ਜੀ ਕੋਲੇ ਚਲਿਆ ਗਿਆ ਜਾ ਕੇ ਕਹਿੰਦਾ ਵੀ ਜੋੜਾ ਕਢਾਉਣਾ ਉਹ ਕਹਿੰਦੇ ਕੱਢ ਦਿੰਦੇ ਆ ਉਹਨਾਂ ਨੇ ਜੋੜਾ ਕੱਢ ਤਾ ਵਧੀਆ ਬਣਾ ਤਾ ਸਫਾਈ ਕਰਤੀ ਪੰਡਿਤ ਨੇ ਕਾਨਾ ਕੱਢਿਆ ਉਹ ਕਹਿੰਦਾ ਵੀ ਆਹ ਲੈ ਭੇਟਾ ਉਹ ਕਹਿੰਦਾ ਵੀ ਮੈਂ ਯਾਤਰੂਆਂ ਤੋਂ ਤਾਂ ਭੇਟਾ ਲੈਂਦਾ ਨਹੀਂ ਮੈਂ ਮਿਹਨਤ ਨਹੀਂ ਲੈਣੀ ਉਹ ਕਹਿੰਦਾ ਵੀ ਮੈਂ ਦੇਣਾ ਮੈਂ ਯਾਤਰਾ ਤੇ ਜਾਣਾ ਉਹ ਕਹਿੰਦਾ ਕਿੱਥੇ ਚੱਲਿਆ ਉਹ ਕਹਿੰਦਾ ਮੈਂ ਗੰਗਾ ਤੇ ਚੱਲਿਆ ਉਹ ਕਹਿੰਦਾ ਚੱਲ ਫਿਰ ਮੇਰਾ ਕੰਮ ਕਰਦੇ ਮੈਂ ਤੇਰਾ ਕਰਿਆ ਵਾ ਫਿਰ ਤਾਂ ਕੋਈ ਲੋੜ ਨਹੀਂ ਨਾ ਆਪਣਾ ਬਰਾਬਰ ਹੋ ਜਾਊਗਾ ਉਹ ਕਹਿੰਦਾ ਹਾਂ ਉਹ ਕਹਿੰਦਾ ਫਿਰ ਆਹ ਜਿਹੜਾ ਆਨਾ ਵਾ ਤੂੰ ਲੈ ਜਾ ਤੇ ਜਾ ਕੇ ਗੰਗਾ ਦੇ ਵਿੱਚ ਇਸ਼ਨਾਨ ਕਰਨ ਲੱਗਿਆ ਗੰਗਾ ਨੂੰ ਮੇਰੇ ਵੱਲੋਂ ਭੇਟ ਕਰਦੀ ਨਾਲੇ ਮੇਰੀ ਸੇਵਾ ਹੋ ਜੂ ਉਹ ਕਹਿੰਦਾ ਵੀ ਠੀਕ ਹੈ ਉਹ ਕਹਿੰਦਾ ਵੀ ਗੱਲ ਸੁਣ ਪਰ ਕੰਮ ਇੱਕ ਹੈ ਉਹ ਕਹਿੰਦਾ ਦੱਸ ਕਹਿੰਦਾ ਗੰਗਾ ਨੂੰ ਦੇਣਾ ਤਾਂ ਜੇ ਗੰਗਾ ਨੇ ਹੱਥ ਕੱਢ ਕੇ ਲਿਆ ਇਹ ਆਉਣਾ ਵੀ ਪਾਣੀ 'ਚ ਸੁੱਟਿਆ ਪਾਣੀ 'ਚ ਨਹੀਂ ਸੁੱਟ ਕੇ ਆਉਣਾ ਗੰਗਾ ਨੂੰ ਦੇਣਾ ਉਹ ਕਹਿੰਦਾ ਪੰਡਿਤ ਸੀ ਨਾ ਹੋਮਾ ਸੀ ਆਪਣੀ ਜਾਤ ਦੀ ਜਦੋਂ ਬੰਦਾ ਜਿੱਡਾ ਵੱਡਾ ਮਰਜ਼ੀ ਬਣ ਜੇ ਜੇ ਹੋਮਾ ਨਾ ਉੱਚੀ ਜਾਤ ਦੇ ਵਿੱਚ ਵੀ ਵੱਡਾ ਨਹੀਂ ਬਣਿਆ ਜਾਂਦਾ ਗਾ ਹੋਮਾ ਸਿੰਘ ਵਿਚਾਰੇ ਨੂੰ ਕੀ ਪਤਾ ਕਿਵੇਂ ਲੈ ਲੂ ਗੰਗਾ ਲੈ ਪਰ ਚਲਿਆ ਗਿਆ ਜਾ ਕੇ ਕਹਿੰਦਾ ਕੀ ਪਤਾ ਦੇਖਦੇ ਆ ਇਸ਼ਨਾਨ ਕਰਿਆ ਤੇ ਆਵਾਜ਼ ਦਿੱਤੀ ਵੀ ਗੰਗਾ ਮਾਤਾ ਭਗਤ ਰਵਿਦਾਸ ਹੈ ਤੇਰਾ ਉਹਨੇ ਤੇਰੇ ਲਈ ਭੇਟਾ ਭੇਜੀ ਆ ਤੇ ਉਹਨੇ ਕਿਹਾ ਵੀ ਹੱਥ 'ਚ ਫੜਾ ਕੇ ਆਈ ਮਾਤਾ ਜੀ ਹੱਥ 'ਚ ਪ੍ਰਵਾਨ ਕਰੋ ਹੱਥ ਬਾਹਰ ਆ ਗਿਆ ਲਿਆ ਪੰਡਿਤ ਨੇ ਸੋਚਿਆ ਅੱਜ ਤਾਈਂ ਗੰਗਾ ਦੇਖੀ ਨਹੀਂ ਦਰਸ਼ਨ ਹੀ ਨਹੀਂ ਕਰੇਗੇ ਆਪਾਂ ਤਾਂ ਇੰਨੀ ਸ਼ਰਧਾ ਨਾਲ ਕਿੰਨੇ ਸਾਲਾਂ ਤੋਂ ਆਉਂਦੇ ਹਾਂ ਰਵਿਦਾਸ ਨੇ ਆਨਾ ਦਿੱਤਾ ਹਾ ਪੈਸਾ ਆਪਣੇ ਵਾਲੇ ਹੀ ਆ ਨਾਲੇ ਪਰ ਫੜਨ ਵਾਸਤੇ ਹੱਥ ਆ ਗਿਆ ਦਰਸ਼ਨ ਹੀ ਕਰਨ ਲੱਗੇ ਉਹ ਕਹਿੰਦਾ ਨਾ ਮਾਤਾ ਜੀ ਰਵਿਦਾਸ ਨੇ ਕਹਿ ਕੇ ਭੇਜਿਆ ਵੀ ਗੰਗਾ ਨੂੰ ਹੀ ਦੇਣਾ ਤੇ ਮੈਨੂੰ ਹੁਣ ਪਹਿਚਾਣ ਨਹੀਂ ਹੱਥ ਤਾਂ ਮੈਂ ਦੇਖ ਲਿਆ ਮੈਨੂੰ ਨਹੀਂ ਪਤਾ ਵੀ ਕੌਣ ਹੈ ਮਾੜਾ ਜਿਹਾ ਪ੍ਰਗਟ ਹੋਵੋ ਗੰਗਾ ਮਾਤਾ ਨੇ ਦਰਸ਼ਨ ਦਿੱਤਾ ਪੰਡਿਤ ਨੇ ਫੜਾ ਤਾ ਭੇਟਾ ਤੇ ਨਾਲ ਹੀ ਉਹ ਕਹਿੰਦੀ ਵੀ ਰਵਿਦਾਸ ਨੂੰ ਕਹਿੰਦੀ ਪ੍ਰਵਾਨ ਹੈ ਉਹ ਕਹਿੰਦਾ ਸਤਿ ਵਚਨ ਤੇ ਪਰ ਕਹਿੰਦੇ ਵੀ ਇਉਂ ਹੈ ਰਵਿਦਾਸ ਬਹੁਤ ਭਗਤ ਆ ਵੱਡਾ ਸਾਡੇ ਵਰਗਾ ਹੀ ਆ ਉਹ ਵੀ ਲੈ ਕਹਿੰਦੀ ਇੱਕ ਮੇਰੀ ਭੇਟਾ ਰਵਿਦਾਸ ਨੂੰ ਵੀ ਦੇ ਦੇ ਉਹਨੇ ਕੰਗਣਾ ਦਾ ਜੋੜਾ ਕੱਢ ਕੇ ਪੰਡਿਤ ਨੂੰ ਫੜਾਤਾ ਇੱਥੇ ਬੱਚੇ ਸਾਡੇ ਕਵਿਛਰ ਨੇ ਜਿੰਨੇ ਇਹ ਸਾਰੇ ਗਾਉਂਦੇ ਆ ਇਹੋ ਜਿਹੇ ਇਤਿਹਾਸ ਸਵਾਮੀ ਜੀ ਮਹਾਰਾਜ ਤੋਂ ਕਥਾ ਸੁਣੀਆਂ ਹੋਈਆਂ ਵਾ ਤੇ ਫਿਰ ਬੱਚਿਆਂ ਨੂੰ ਕਾਵ ਲਿਖੀਆਂ ਵੀ ਆ ਸਵਾਮੀ ਜੀ ਮਹਾਰਾਜ ਦੇ ਵੀ ਇਤਿਹਾਸ ਲਿਖੇ ਆ ਬੱਚੇ ਗਾ ਦਿੰਦੇ ਆ ਤੁਸੀਂ ਸੁਣਿਆ ਹੋਊਗਾ ਇਹ ਇਤਿਹਾਸ ਕਦੇ ਤੇ ਗੰਗਾ ਜੀ ਨੇ ਫੜ ਲਿਆ ਤੇ ਪੰਡਿਤ ਨੇ ਸੋਚਿਆ ਵੀ ਮੈਂ ਆਪਦੀ ਘਰਵਾਲੀ ਨੂੰ ਦੱਸਾਂ ਜਾ ਕੇ ਵੀ ਮੈਂ ਗੰਗਾ ਦੇਖੀ ਉਹਨੇ ਮੰਨਣਾ ਨਹੀਂ ਤੇ ਮੈਂ ਆਹ ਕੰਗਣ ਦਿਖਾਊ ਵੀ ਆਹ ਦੇਖ ਮੈਨੂੰ ਉਹਨੇ ਦਿੱਤੇ ਆ ਲੈ ਕੇ ਚਲਿਆ ਗਿਆ ਘਰੇ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਗੰਗਾ ਦੇ ਮਾਤਾ ਦੇ ਦਰਸ਼ਨ ਕਰ ਲਏ
ਉਹ ਕਹਿੰਦੇ ਤੈਨੂੰ ਐ ਦਰਸ਼ਨ ਕਿਵੇਂ ਹੋ ਗਏ? ਉਹ ਕਹਿੰਦਾ ਹੋਏ ਆ ਕਿਵੇਂ ਹੋਏ? ਉਹ ਕਹਿੰਦੇ ਵੀ ਰਵਿਦਾਸ ਨੇ ਮੇਰੀ ਜੋੜਾ ਗੰਢਿਆ, ਮੈਂ ਉਹਦੀ ਭੇਟਾ ਦਿੱਤੀ, ਉਹਨੇ ਮੈਨੂੰ ਮੋੜਤੀ, ਗੰਗਾ ਨੂੰ ਦਿੱਤੀ, ਗੰਗਾ ਨੇ ਮੈਨੂੰ ਆਹ ਭੇਟਾ ਰਵਿਦਾਸ ਨੂੰ ਦਿੱਤੀ, ਆਹ ਲੈ ਦੋ ਕੰਗਣ ਸੋਨੇ ਦੇ। ਤੇ ਪੜਤਾਣੀ ਕਹਿੰਦੇ ਵੀ ਕੰਗਣ ਤਾਂ ਰਵਿਦਾਸ ਨੂੰ ਦਿੱਤੇ ਆ, ਤੇ ਅੱਜ ਦਾ ਦਿਨ ਜੇ ਮੈਂ ਸ਼ੌਕ ਪੂਰਾ ਕਰ ਲਾ ਮੈਂ ਪਾ ਕੇ ਦੇਖ ਲਾ। ਉਹ ਕਹਿੰਦੇ ਪਾ ਲਾ, ਚੱਲ ਕੋਈ ਨੀ ਕੱਲ ਨੂੰ ਦੇ ਆਵਾਂਗੇ। ਪੜਤਾਣੀ ਨੇ ਪਾਲੇ ਤੇ ਪਾ ਕੇ ਫਿਰ ਸਖੀਆਂ ਸਹੇਲੀਆਂ ਨੂੰ ਦਿਖਾਉਣ ਉੱਠ ਗਈ ਵੀ ਆ ਕੰਗਣ ਨੇ, ਦਿਖਾਉਂਦੀ ਦਿਖਾਉਂਦੀ ਰਾਣੀ ਨੂੰ ਦਿਖਾ ਬੈਠੀ। ਤੇ ਰਾਣੀ ਨੇ ਉਹ ਕਹਿੰਦੀ ਲਾ ਮੈਂ ਪਾ ਕੇ ਦੇਖਿਆ ਇਹੋ ਜਿਹੇ ਕੰਗਣ ਸਾਡੇ ਕੋਲੇ ਵੀ ਹੈ ਨਹੀਂ ਗੇ। ਰਾਣੀ ਨੇ ਪਾ ਲਏ, ਸਖੀਆਂ ਨੂੰ ਦੋਏ ਬਾਹਾਂ ਦਿਖਾ ਦਿੱਤੀਆਂ, ਕਹਿੰਦੀਆਂ ਦੇਖੋ ਮੇਰੇ ਕੰਗਣ ਕਿੰਨੇ ਸੋਹਣੇ ਆ। ਉਹ ਕਹਿੰਦੀ ਸੋਹਣੇ ਤਾਂ ਬਹੁਤ ਆ ਪਰ ਇੱਧਰਲੇ ਆ, ਇੱਧਰਲੇ ਤਾਂ ਇਹ ਲੱਗਦੇ ਜਿਵੇਂ ਪਿੱਤਲ ਦੇ ਹੁੰਦੇ ਆ, ਜਿਹੜੇ ਰਵਿਦਾਸ ਨੂੰ ਗੰਗਾ ਨੇ ਭੇਟ ਕਰੇ ਸੀ ਉਹ ਪ੍ਰੇਮ ਭੇਟਾ ਵੀ ਸੀ, ਸ਼ੁੱਧ ਵੀ ਸੀ। ਉਹ ਕਹਿੰਦੇ ਇੱਧਰਲੇ ਨੀ ਸੋਹਣੇ, ਆਹ ਬਾਂਹ ਤਾਂ ਬੜੀ ਸੋਹਣੀ ਲੱਗਦੀ ਆ ਨੀ। ਉਹ ਪੜਤਾਣੀ ਨੂੰ ਕਹਿੰਦੀ ਵੀ ਇਹਦੇ ਨਾਲ ਦੇ ਕੰਗਣ ਬਣਾ। ਉਹ ਕਹਿੰਦੇ ਵੀ ਸਾਡੇ ਕੋਲ ਕਿੱਥੋਂ ਆ ਇਹ? ਫਿਰ ਦੁਬਾਰੇ ਰਵਿਦਾਸ ਜੀ ਨੇ ਪੱਥਰੀ ਥੱਲਿਓ ਕੰਗਣਾਂ ਦਾ ਜੋੜਾ ਕੱਢ ਕੇ ਦਿੱਤਾ। ਐਡੇ ਵੱਡੇ ਭਗਤ ਹੋਏ ਆ ਤੇ ਪੰਡਤਾਂ ਦੇ ਨਾਲ ਭੋਜਨ ਛਕਦੇ ਨੇ। ਚਲੋ ਸਮਾਂ ਵੀ ਹੋ ਚੱਲਿਆ, ਟਾਈਮ ਮਰਜ਼ਾਦਾ ਵਾ, ਤੇ ਪੰਡਤਾਂ ਦੇ ਨਾਲ ਪ੍ਰਸ਼ਾਦਾ ਛਕਦੇ ਨੇ। ਪੰਡਤਾਂ ਨੇ ਕਹਿਤਾ ਵੀ ਅਸੀਂ ਇਹਨੂੰ ਪੰਗਤ 'ਚ ਨਹੀਂ ਬਿਠਾਉਣਾਗਾ। ਉਹ ਕਹਿੰਦੇ ਰਹਿਣ ਦਿਓ। ਤੇ ਪਰ ਜਦੋਂ ਪ੍ਰਸ਼ਾਦਾ ਛਕਣ ਲੱਗੇ ਸਾਰੇ ਪੰਡਤਾਂ ਨਾਲ ਹੀ ਸਰੂਪ ਧਾਰਨ ਕਰਕੇ ਬਹਿ ਗਏ। ਭਗਤਾਂ ਨਾਮ ਦੀ ਅਵਸਥਾ ਵਾਲੇ ਲੋਕ ਵੱਡੇ ਆ ਮਾਰੇ। ਕਹਿੰਦੇ ਰਵਿਦਾਸ ਚਮਾਰ ਅਸਤਿਤ ਕਰੈ ਹਰ ਕੀਰਤ ਨਿਮਕ ਇੱਕ ਗਾਏ। ਇੱਕ ਨਿਮਕ ਭਾਵ ਨਹੀਂ ਸੀ ਜਿਹੜਾ ਜਦੋਂ ਉਹਨੇ ਵਾਹਿਗੁਰੂ ਦਾ ਜਸ ਨਹੀਂ ਕਰਿਆ, ਸਾਰਾ ਸਮਾਂ ਹੀ ਪ੍ਰਭੂ ਦੀ ਕੀਰਤੀ ਕਰਦਾ ਸੀ, ਇੱਕ ਪਲ ਲਈ ਵੀ ਪਰਮਾਤਮਾ ਦੇ ਨਾਮ ਤੋਂ ਦੂਰ ਨਹੀਂ ਹੋਇਆ। ਪਤਿਤ ਜਾਤ ਉੱਤਮ ਭਿਆ, ਕਹਿੰਦੇ ਜਿਹਨੂੰ ਨੀਚ ਕਹਿੰਦੇ ਸੀ ਉੱਚਾ ਹੋ ਗਿਆ। ਕਿਉਂ? ਚਾਰ ਵਰਨ ਪਏ ਪਾਗਾ, ਚਾਰੇ ਵਰਨ ਉਹਦੇ ਚਰਨਾਂ ਦੇ ਵਿੱਚ ਸਿਰ ਚੁਕਾ ਕੇ ਗਏ। ਚਾਰੇ ਵਰਨ ਅੱਜ ਉਹਨੂੰ ਨਮਸਕਾਰ ਕਰਦੇ ਆ ਤੇ ਕਰਦੇ ਰਹਿਣਗੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ, ਇੱਕ ਆਹਦਾ ਮਹਾਤਮ ਨਾਮ ਦਾ, ਵਾਹਿਗੁਰੂ ਦੀ ਬਾਣੀ ਦਾ, ਗੁਰੂ ਦੇ ਸ਼ਬਦ ਦਾ, ਪ੍ਰਭੂ ਦੀ ਉਸਤਤੀ ਦਾ ਇੱਡਾ ਵੱਡਾ ਮਹਾਤਮ ਹੈ, ਜਿਹਨੂੰ ਲੋਕ ਜਾਤ ਤੋਂ ਨੀਵਾਂ ਕਹਿੰਦੇ ਸੀ, ਚਾਰੇ ਵਰਨ ਹੀ ਉਹਦੇ ਚਰਨਾਂ ਦੇ ਵਿੱਚ ਸਿਰ ਚੁਕਾ ਗਏ, ਚਰਨਾਂ ਵਿੱਚ ਜਾ ਪਏ। ਇਹ ਜੁੱਗਾਂ ਜਗੰਤਰਾਂ ਦੀ ਮਰਜ਼ਾਦਾ ਨਾਮ ਦਾ ਮਹਾਤਮ ਹੈ, ਐਡਾ ਵੱਡਾ ਵਾਹਿਗੁਰੂ ਦਾ ਨਾਮ ਹੈ। ਇਸ ਤਰ੍ਹਾਂ ਗੁਰੂ ਜੀ ਬਖਸ਼ਿਸ਼ ਕਰਦੇ ਆ, ਸਮਝਾਉਂਦੇ ਆਪਾਂ ਨੂੰ, ਪਿਆਰਿਓ ਨਾਮ ਜਪੋ, ਸਿਮਰਨ ਕਰੋ। ਹੋਰ ਸੁਣ ਲਓ, ਕਹਿੰਦੇ ਪ੍ਰੇਮ ਨਾਲ ਧਿਆਨ ਦਿਓ। ਗੁਰੂ ਜੀ ਆਪਾਂ ਨੂੰ ਸਮਝਾਉਂਦੇ ਨੇ ਬੇਅੰਤ ਹੈ ਰੱਬ ਦੇ ਪਿਆਰੇ, ਜਿਵੇਂ ਉਹਦਾ ਨਹੀਂ ਨਾ ਭੇਦ ਪਾਇਆ ਜਾਂਦਾ ਤੇ ਰੱਬ ਦੇ ਪਿਆਰਿਆਂ ਦਾ ਵੀ ਅੰਤ ਨਹੀਂ ਗਾ, ਇਹ ਵੀ ਗਿਣੇ ਨਹੀਂ ਜਾਂਦੇ ਗੇ, ਬੇਅੰਤ ਹੈ। ਇੱਥੇ ਮਹਾਰਾਜ ਨੇ ਦ੍ਰਿਸ਼ਟਾਂਤ ਦੇ ਕੇ ਆਪਾਂ ਨੂੰ ਸਮਝਾਇਆ, ਇਉਂ ਹੈ ਵੀ ਸਾਰਿਆਂ ਨਾਲ ਹੀ ਰੱਬ ਤਾਂ ਸਭ ਨਾਲ ਪਿਆਰ ਕਰਦਾ ਹੈ, ਜਿਹੜਾ ਪਰਮਾਤਮਾ ਨਾਲ ਪ੍ਰੇਮ ਕਰਦਾ ਹੈ ਉਹਨਾਂ ਨਾਲ ਤਾਂ ਕਰਨਾ ਹੀ ਹੈ, ਉਹ ਤਾਂ ਜਿਹੜੇ ਨਹੀਂ ਕਰਦੇ ਉਹਨਾਂ ਨਾਲ ਵੀ ਕਰਦਾ, ਪਰ ਫਲ ਉਹਨਾਂ ਨੂੰ ਮਿਲਦਾ ਹੈ ਜਿਹੜੇ ਉਹਦਾ ਪ੍ਰੇਮ ਕਰਦੇ ਆ, ਪ੍ਰਾਪਤੀ ਉਹ ਕਰਦੇ ਆ। ਉਹ ਦੁਨਿਆਵੀ ਦਾਤਾਂ ਸਭ ਨੂੰ ਦੇਈ ਜਾਂਦਾ, ਸੁਣੋ ਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਇਉਂ ਕਹਿੰਦੇ ਆ। ਨਾਮ ਦੇ ਪ੍ਰੀਤ ਲੱਗੀ ਹਰ ਛੇਤੀ, ਲੋਕ ਸੀਪਾ ਕਹੇ ਬੁਲਾਏ, ਖੱਤਰੀ ਬ੍ਰਾਹਮਣਾ ਪੈਠ ਦੇ ਛੋਟੇ, ਹਰ ਨਾਮ ਦਿਓ ਲੀਆ ਮੁਖ ਲਾਏ। ਆਹਾ, ਨਾਮ ਦੇ ਪ੍ਰੀਤ ਲੱਗੀ ਹਰ ਛੇਤੀ, ਕਹਿੰਦੇ ਵਾਹਿਗੁਰੂ ਦੇ ਨਾਲ ਬੜਾ ਛੇਤੀ ਪਿਆਰ ਪਿਆ, ਪ੍ਰੇਮ ਦੀ ਖੇਡ ਖੇਡੀ, ਛੇਤੀ ਪ੍ਰਾਪਤੀਆਂ ਕਰੀਆਂ। ਤੇ ਕੌਣ ਸੀ? ਕਹਿੰਦੇ ਲੋਕ ਸੀਪਾ ਕਹਿ ਬੁਲਾਏ। ਲੋਕ ਸੀਪਾ ਕਹਿੰਦੇ ਸੀ ਲੀੜੇ ਸਿਉਣ ਵਾਲਾ, ਵੀ ਇਹ ਕੱਪੜੇ ਸਿਉਂਦਾ, ਲੋਕਾਂ ਦਾ ਕੰਮ ਕਰਕੇ ਭੋਜਨ ਛਕਦਾ। ਸਾਡਾ ਸੰਸਾਰ ਆ ਨਾ, ਦੁਨੀਆ ਮਾਂ, ਗੁਰੂ ਜੀ ਮਹਾਰਾਜ ਕਹਿੰਦੇ ਪਿਆਰਿਓ, ਕਿਰਤੀਆਂ ਨੂੰ, ਮਿਹਨਤੀ ਲੋਕਾਂ ਨੂੰ ਤੇ ਵਾਹਿਗੁਰੂ ਦਾ ਸਿਮਰਨ ਕਰਨ ਵਾਲਿਆਂ ਨੂੰ ਤਾਂ ਰੱਬ ਸਾਰਿਆਂ ਤੋਂ ਜਲਦੀ ਮਿਲ ਜਾਂਦਾ। ਦੋ ਕੰਮ ਹੋ ਗਏ ਨਾ, ਨਾਲੇ ਤਾਂ ਮਿਹਨਤ ਕਰਨੀ, ਨਾਲੇ ਵਾਹਿਗੁਰੂ ਦੀ ਬੰਦਗੀ ਕਰਨੀ, ਨਾਲੇ ਆਪਣੀ ਕਿਰਤ ਕਮਾਈ ਵੀ ਕਰਨੀ। ਭਗਤਾਂ ਨੇ ਕਿਹਾ ਵੀ ਆ ਨਾ, ਕਹਿੰਦੇ ਹੱਥ ਕਾਰ ਵੱਲੇ ਤੇ ਦਿਲ
करतार वाले हथा ना कम करो मेहनत करो ते वाहेगुरु दा सिमरन भी करो किरत कमाई भी करनी है कर्म भी करना ते वाहेगुरु दा सिमरन भी करना इत्थे नामदेव दी प्रीत लगी कादे ना परमेश्वर दे ना फिर की कहिंदे लोग सीपा कहे लोग सिंबा कह कह के बनाउंदे सिंबा भई इह लीड़े ते आउण वाला ते समा आ गया खत्री ते ब्राह्मण ਇਹ ਆਪਣੇ ਆਪ ਨੂੰ ਉੱਚੇ ਮੰਨਦੇ ਸੀ ਇੱਕ ਮੰਦਰ ਹੈ ਇਹ ਵੀ ਪ੍ਰਭੂ ਦੇ ਪਿਆਰ ਵਿੱਚ ਦੇਖ ਕੇ ਉੱਥੇ ਮੇਲੇ ਦੇ ਵਿੱਚ ਗੁਰਸੰਗਤ ਮਨ ਦੇ ਵਿੱਚ ਆ ਗਿਆ ਵੀ ਪ੍ਰਭੂ ਦਾ ਸਥਾਨ ਹੈ ਆਪਾਂ ਵੀ ਨਮਸਕਾਰ ਕਰੀਏ ਚਲਿਆ ਗਿਆ ਪਹਿਲਾਂ ਤਾਂ ਅੰਦਰ ਹੀ ਨਹੀਂ ਵੜਨ ਦਿੱਤਾ ਬਾਹਰ ਬਿਠਾਤਾ ਜਦੋਂ ਬਾਹਰ ਬਹਿ ਗਿਆ ਅੰਦਰ ਕੀਰਤਨ ਚੱਲਦਾ ਸੀ ਬੈਠਾ ਸੀ ਜੋੜਿਆਂ ਕੋਲੇ ਸਮਾਂ ਹੀ ਆ ਨਾ ਧਨ ਦੇ ਲਾਲਚੀ ਲੋਭੀ ਲੋਕ ਅੰਦਰ ਨਹੀਂ ਜਾਣ ਦਿੱਤਾ ਪ੍ਰਭੂ ਨਾਲ ਪਿਆਰ ਨਹੀਂ ਗਾ ਬਾਹਰ ਬਿਠਾਤਾ ਬਿਠਾਤਾ ਜੋੜਿਆਂ ਚ ਅੰਦਰਲੀ ਵਾਹਿਗੁਰੂ ਦੀ ਕੀਰਤੀ ਦੀ ਲੈ ਸੁਣ ਲਈ ਜਦੋਂ ਲੈ ਸੁਣੀ ਆਪਣੇ ਜੋੜੇ ਹੀ ਹੱਥ ਚ ਪਾ ਕੇ ਵਜਾਉਣ ਲੱਗ ਗਿਆ ਤੇ ਉਹਨਾਂ ਨੇ ਸੋਚਿਆ ਵੀ ਇਹ ਕਿੱਡਾ ਮੂਰਖ ਬੰਦਾ ਹੈ ਆਈ ਸੀ ਨਾ ਵੀ ਇਹ ਕਿਉਂ ਕੀ ਕਰਦਾ ਅੰਦਰ ਸਾਜ ਵੱਜਦੇ ਆ ਮਦਰੰਗ ਰਬਾਬ ਬਾਜੇ ਢੋਲਕੀਆਂ ਤਪਲੇ ਸ਼ੈਣੇ ਇਹ ਜੋੜੇ ਖੜਕਾਈ ਜਾਂਦਾ ਬਾਹਾਂ ਤੋਂ ਫੜ ਕੇ ਤੇ ਮੰਦਰ ਦੇ ਪਿਛਲੇ ਪਾਸੇ ਛੱਡਿਆ ਤੇ ਪ੍ਰੇਮ ਨੇ ਛੱਲ ਮਾਰੀ ਰੋਣ ਲੱਗ ਗਿਆ ਕਹਿੰਦਾ ਭਗਵਾਨ ਸੱਚੇ ਪਾਤਸ਼ਾਹ ਆਹ ਜਿਹੜੇ ਲੋਕ ਹੈ ਇਹਨਾਂ ਨੂੰ ਤਾਂ ਮਾਤੀ ਹੈ ਨਹੀਂ ਪਤਾ ਨਹੀਂ ਪ੍ਰੇਮ ਦਾ ਤੇ ਤੈਨੂੰ ਦਾ ਪਤਾ ਹੈ ਤੇ ਅੱਜ ਤਾਂ ਹੁਣ ਤੇਰੇ ਘਰੇ ਵੀ ਮੇਰੇ ਨਾਲ ਆਹ ਸਲੂਕ ਹੋ ਰਿਹਾ ਜੇ ਹੁਣ ਇੱਥੇ ਨਾ ਤੂੰ ਮੇਰੀ ਸਹਾਇਤਾ ਕਰੀ ਫਿਰ ਤੇਰੀ ਬੰਦਗੀ ਕੌਣ ਕਰੂਗਾ ਸੱਚੀ ਅੰਦਰਲੀ ਹੋਗ ਦਿੱਤੀ ਤੇ ਜਦੋਂ ਪ੍ਰਮਾਤਮਾ ਨੇ ਸੁਣ ਲਈ ਉਹਨੂੰ ਕੀ ਹੈ ਚਰਨਾਂ ਦੇ ਨਾਲ ਗੁਰੂ ਨਾਨਕ ਮਹਾਰਾਜ ਨੇ ਮੱਕਾ ਘੁਮਾਇਆ ਸੁਣੀ ਹੈ ਨਾ ਕਥਾ ਹੁਣ ਕਈ ਭਰਮ ਭੁਲੇਖੇ ਵਾਲੇ ਕਹਿੰਦੇ ਨੇ ਐਵੇਂ ਮੱਕਾ ਕਿਵੇਂ ਘੁੱਕ ਜੂਗਾ ਸਵਾਮੀ ਜੀ ਮਹਾਰਾਜ ਨੇ ਕਥਾ ਕਰੀ ਕਲਕੱਤੇ ਉੱਥੇ ਸਾਖੀ ਤੇ ਕਥਾ ਕਰੀ ਵੀ ਗੁਰੂ ਨਾਨਕ ਮਹਾਰਾਜ ਨੇ ਮੱਕਾ ਘੁਮਾਤਾ ਕਈ ਲੋਕ ਕਹਿੰਦੇ ਕਿਵੇਂ ਘੁੰਮ ਉਹ ਕਹਿੰਦੇ ਜਿਹੜਾ ਸੀ ਉਹਨਾਂ ਦਾ ਉਹਨੇ ਆ ਕੇ ਮਹਾਰਾਜ ਨੂੰ ਪਹਿਲਾਂ ਤਾਂ ਕਾਫਰ ਕਿਹਾ ਵੀ ਤੂੰ ਪੈਰ ਕਿੱਧਰ ਕਰੇ ਆ ਮਹਾਰਾਜ ਕਹਿੰਦੇ ਇੱਧਰ ਕੀ ਆ ਉਹ ਕਹਿੰਦਾ ਜੀ ਅੱਲਾ ਦਾ ਘਰ ਹੈ ਉਹ ਕਹਿੰਦੇ ਭਾਈ ਚੱਲ ਉੱਧਰ ਕਰਦੇ ਜਿੱਧਰ ਅੱਲਾ ਦਾ ਘਰ ਹੈ ਨੀਗਾ ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਨੂੰ ਮੁਬਾਰਕ ਹੱਥ ਪਾ ਲਏ ਜਦੋਂ ਹੱਥ ਪਾਇਆ ਨਾ ਹੁਣ ਗੁਰੂ ਨਾਨਕ ਦੇ ਚਰਨਾਂ ਨੂੰ ਹੱਥ ਸਪਰਸ਼ ਕਰ ਜੇਵੇ ਪਿਆਰਿਓ ਨਿਰੰਕਾਰ ਮਹਾਰਾਜ ਦੇ ਚਰਨਾਂ ਦੇ ਨਾਲ ਹੱਥ ਸਪਰਸ਼ ਕਰ ਜੇ ਦਿਵ ਦ੍ਰਿਸ਼ਟੀ ਮਿਲ ਗਈ ਐਂ ਝਾਕਦਾ ਵੀ ਕਿੱਧਰ ਕਰਾਂ ਪੈਰ ਜਿੱਧਰ ਨੂੰ ਨਿਗਾਹ ਜਾਂਦੀ ਹੈ ਮੱਕਾ ਇਹ ਜਾਂਦਾ ਸਿਰ ਚਰਨਾਂ ਤੇ ਰੱਖਦਾ ਕਹਿੰਦਾ ਤੂੰ ਤਾਂ ਖੋਦੀ ਅੱਲਾ ਹੈ ਤੇਰੇ ਤਾਂ ਚਰਨਾਂ ਨੂੰ ਹੱਥ ਲਾ ਕੇ ਮੱਕਾ ਮੈਂ ਕਿੱਧਰ ਪੈਰ ਕਰਾਂ ਮੱਕਾ ਤਾਂ ਤੇਰਾ ਚਾਰ ਸਵੇਰੇ ਹੀ ਮੈਨੂੰ ਤਾਂ ਦਿਸੀ ਜਾਂਦਾ ਪਿਆਰੇ ਉਹ ਘੁਮਾਤਾ ਘੁੰਮ ਜਾਂਦਾ ਐਵੇਂ ਹੀ ਜਿਵੇਂ ਮੱਕਾ ਘੁਮਾਇਆ ਨਾ ਗੁਰੂ ਨਾਨਕ ਮਹਾਰਾਜ ਨੇ ਆਈ ਮੰਦਰ ਘੁਮਾਤਾ ਮੂੰਹ ਕਿੱਧਰ ਕਰਤਾ ਉੱਧਰ ਜਿੱਧਰ ਨਾਮਦੇਵ ਬੈਠਾ ਸੀ ਇੱਥੇ ਗੁਰੂ ਜੀ ਕਹਿੰਦੇ ਚੌਥੇ ਪਾਤਸ਼ਾਹ ਕਹਿ ਰਹੇ ਆ ਇਹ ਸ਼ੰਕਿਆਵਾਦੀ ਹਟਦੇ ਹੈ ਨਹੀਂ ਗੇ ਸ਼ੰਕਿਆ ਕਰਨ ਤੋਂ ਨਹੀਂ ਰੁਕਣਾਗਾ ਗੱਲ ਕਹਿਣ ਤੇ ਪਾ ਦੇਣਾ ਹੁਣ ਮਹਾਰਾਜ ਕੀ ਕਹਿੰਦੇ ਨਾਮਦੇਵ ਪ੍ਰੀਤ ਲੱਗੀ ਹਰ ਛੇਤੀ ਲੋਕ ਸੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਬੈਠ ਦੇ ਛੱਡੇ ਹਰ ਨਾਮ ਦਿਓ ਦੀਆ ਮੁਖ ਲਾਏ ਕਹਿੰਦੇ ਉਹਨੂੰ ਆਪਣੇ ਮੁੱਖ ਵਾਲੀ ਆਪਣੇ ਨਾਲ ਜੋੜਿਆ ਕਿੱਧਰ ਮੂੰਹ ਉੱਧਰ ਕਰ ਲਿਆ ਜਿੱਧਰ ਭਗਤ ਬੈਠਾ ਸੀ ਪਿਆਰੇ ਉਹ ਪ੍ਰੀਤ ਹੈ ਪ੍ਰੇਮ ਹੈ ਪ੍ਰੇਮ ਅੱਗੇ ਰੱਬ ਵੀ ਮਜਬੂਰ ਹੈ ਪਰਮੇਸ਼ਰ ਪ੍ਰੇਮ ਅੱਗੇ ਮਜਬੂਰ ਹੈ ਤਾਂ ਕਹਿੰਦੇ ਆ ਨਾ ਭਗਤਾਂ ਨੇ ਰੱਬ ਬੰਨ ਲਿਆ ਲੋਕੋ ਪਾ ਕੇ ਪ੍ਰੇਮ ਦੀਆਂ ਡੋਰਾਂ ਆ ਦੂਜੀ ਡੋਰ ਨਾਲ ਨਹੀਂ ਵੱਜਦਾ ਪ੍ਰੇਮ ਵਾਲੀ ਡੋਰ ਨਾਲ ਵੱਜ ਜਾਂਦਾ ਤੇ ਬੰਨਿਆ ਵਾ ਫਿਰ ਜਿੱਧਰ ਮਰਜ਼ੀ ਲੈ ਜਾਓ ਮੰਦਰ ਘੁੱਕਣਾ ਹੀ ਆ ਭਵੇਂ ਧਰਤੀ ਘਕਾ ਦੇਵੇ ਸਾਰਾ ਬ੍ਰਹਿਮੰਡ ਘੁੱਕ ਸਕਦਾ ਇੱਥੇ ਗੁਰੂ ਜੀ ਕਹਿੰਦੇ ਪਿਆਰਿਓ ਮੁੱਖ ਕਿਹਨੂੰ ਲਾਇਆ
नामदेव उच्चे लोगों ने ईरखावादी लोगों ने नहीं नेड़े आने दिता जिन्होंने अंदर द्वेष भाव से वह नहीं नेड़े आ सके कौन आए प्रभु दे नेड़े वो आया जिहदा प्रेम सी नामदेव नूं मुख लाया महाराज ने मूह लाउणा मुख लाउणा दर्शन देने किनू नामदेव नूं उधर नूं करता हजे ताईं उत्थे मंदर आ गुजरात दे विच दसदे हुंदे आ वी जाओ ते घुमाया वा दर्शन हजे भी कर आओ खड़िया पर जिन्हें नहीं मनना वह ना पंजा साहब मनता ना उन्हों मनना तो जिन्हें मनने हैं उन्होंने इतने भी सत बचना उन्होंने हमेशा सत ही रहना रब के विश्वासी लोग तो हर चीज मनते बेश विश्वासियों ने तो मनना ही नहीं उन्होंने तो मूहरे भी करते फिर भी नहीं मनना कहे ना मैं ही इधरले पासे आ गया होऊंगा बेविश्वासा बंदा नहीं मनता ते विश्वास वाले मुकरदे ने विश्वासी लोग मनते भी सही है सच है क्यों गुरु गोबिंद सिंह जी महाराज ने कोई मिथ्या वचन अज तक बोलिया एक भी मिथ्या वचन कहा भी कोई गुरु गोबिंद सिंह जी ने ते आ क्यों कहा कहिंदे साच कहो सुन लिहो सब वो कहिंदे सच्चा दे सिर सच कहन लगे सच दे सिर सच पूर्ण सच की कहना जिन प्रेम की ओ तिन्ही प्रभ कहिंदा परमात्मा उन्होंने पाया जिन्होंने प्रेम करिया प्यार वालों को घट मिलता प्यार जरूर था ना लोड़ वेले का हर एक मन लेंदा रब नूं लोड़ वेले का हर एक ही कहिंदा पर जिहड़े प्रेम करदे नूं निरस्वार्थ मन्निया गया आ हुण रस्ते नाते टुट्टी क्यों जांदे आ प्यार क्यों टुट गया क्योंकि लोड़ां मुक गईआं जिद्दे लोड़ पई उद्दे फिर कह देंगे उद्दे फिर रिश्तेदारी निकल आती है जो लोड़ पैंदी है उदों तक कोई ना कोई आंढ़ियां गुआंढ़ियां दे घरे ब्याहे नूं भी फुफड़ मन लैंदा ते जो नहीं हुंदी फिर आपदे वाले नूं भी कहिंदे आ कौन है इह दुनिया असलीयत है जो लोड़ है ना फिर तो परिवार पिंड दे विच भी रिश्तेदारी अगला निभा लैंदा है ते जो नहीं लोड़ फिर आपदे नूं नहीं मनन नूं तैयार संसार है दुनिया मां गुरु प्यारे मारे कहते सच कहूंगे सच कहने जिन्होंने प्रेम करिया ना उन्होंने परमात्मा नूं पाया ते जिहड़े प्रेम करते हैं निरस्वार्थी लोग है प्रेम करते हैं ते साडे मन दे विच द्वेष हो सकती है ते पर जिहदे कोले समान उहनूं लगता है जे मेरे च द्वेष है मैनूं तुहाडे च द्वेष लगूगी जे मेरे मन दे विच ईरखा मैनूं लगू तुसीं वी ईरखा करते हो जे मेरे मन च खोट आ मैनूं लगूगा सारे लोगों दे विच खोट है जिहदे मन दे विच जो आ उहनूं उही भावसदा वा उहनूं उही भासदा मन इक शीशा वा जो हैगा उही दिंदा मन शीशा जो है वह दिखता सो प्यारे हो इत्थे गुरु जी कहिंदे नाम दे लिया मुख लाए गुरु महाराज ने मुख उधर कर लिया अपने नाल मिला लिया जोड़ लिया क्यों ना कहते खतरियां दी सुनी ते ना सुनी ब्राह्मणां दी प्रेम वाले दी सुनी भावें गरीब सी लीड़े सिउण वाला सीगा लोग उहनूं छोटी जात दा मंदे सी पर रब ने उहनूं अपने नाल जोड़ लिया प्रभु ने उहनूं दर्शन दित्ते दित्ते ही नहीं अज तक कहिंदे प्रतख खड़ा उत्थे मंदर दूजे पासे नूं घुम्मिया होया प्रतख पूरे प्रमाण की लोड़ नहीं पर प्रमाण दिते जाते अग्ञानियों लोगों नूं मूर्खों नूं प्रमाण कुछ नहीं करते उन्होंने मनना ही नहीं हो कहिंदे मैं नहीं मनूंगा ना मन की करिए पर गुरु गुरमुख मनते हैं गुरमुख लोगों की भावनावां इसलिए इत्थे गुरु जी बख्शिश कर रहे हैं सुनो इउं समझाउंदे आ जितने भगत हर सेवका मुख अठ सठ तीरथ तिन तिलक कढ़ाए जन नानक तिन को अन दिन परसे जे कृपा करे हर राए गुरु जी कहते जितने
ਹੁਣ ਗਿਣਤੀ ਤੋਂ ਬਹੁਤ ਬੇਅੰਤ ਹੈ। ਇੱਥੇ ਮਹਾਰਾਜ ਨੇ ਸਾਰਿਆਂ ਦਾ ਜ਼ਿਕਰ ਕਰਿਆ, ਕਹਿੰਦੇ ਜਿਤਨੇ ਭਗਤ ਹਰ ਸੇਵਕਾਂ ਵਾਹਿਗੁਰੂ ਦੀ ਸੇਵਾ ਕਰਨ ਵਾਲੇ, ਵਾਹਿਗੁਰੂ ਦੀ ਭਗਤੀ ਕਰਨ ਵਾਲੇ। ਸੇਵਕ ਤੇ ਭਗਤ ਦੋਨੋਂ ਵਿਸ਼ੇਸ਼ ਮਹਾਰਾਜ ਦੇ ਪਿਆਰੇ ਆ। ਜਿਹੜਾ ਵਾਹਿਗੁਰੂ ਦੀ ਭਗਤੀ ਕਰਦਾ, ਜਿਹੜਾ ਵਾਹਿਗੁਰੂ ਦੀ ਸੇਵਾ ਕਰਦਾ। ਹੁਣ ਵਾਹਿਗੁਰੂ ਦੀ ਸੇਵਾ ਕੀ ਕਰਦਾ? ਵਾਹਿਗੁਰੂ ਤਾਂ ਕੁਦਰਤ 'ਚ ਵੱਸਦਾ ਵਾ। ਕੁਦਰਤ ਦੇ ਨਾਲ ਕੌਣ ਜੁੜਿਆ? ਜਿਹੜੇ ਕੁਦਰਤ ਦੇ ਨਾਲ ਜੁੜੇ ਆ, ਕੁਦਰਤ ਦੇ ਕਾਦਰ ਨਾਲ ਜੁੜੇ ਆ, ਉਹ ਹਰ ਚੀਜ਼ ਨਾਲ ਪਿਆਰ ਪ੍ਰੇਮ ਕਰਦੇ ਆ, ਹਰ ਇੱਕ ਚੀਜ਼ ਨਾਲ ਪ੍ਰੇਮ ਕਰਦੇ ਆ, ਹਰ ਇੱਕ ਨੇ ਲਈ ਭਲਾ ਚਾਹੁੰਦੇ ਆ। ਮਹਾਰਾਜ ਕਹਿੰਦੇ ਪਿਆਰੇ ਉਹ ਜਿਤਨੇ ਆ, ਹੁਣ ਇੱਥੇ ਆਉਂ ਨਹੀਂ ਕਿਹਾ ਵੀ ਇੰਨੇ ਕਾ, ਮਹਾਰਾਜ ਕਹਿੰਦੇ ਜਿੰਨੇ ਵੀ ਆ, ਬੇਅੰਤ ਆ ਨਾ, ਅੰਤੀ ਕੋਈ ਨਹੀਂ ਰੱਬ ਦੇ ਪਿਆਰਿਆਂ ਦਾ, ਜਿਤਨੇ ਭਗਤ। ਹੁਣ ਗੁਰਬਾਣੀ ਦੇ ਵਿੱਚ 15 ਭਗਤਾਂ ਦੀ ਤਾਂ ਬਾਣੀ ਆ, ਤੇ ਪਰ ਮੈਂ ਇੱਕ ਬੇਨਤੀ ਕਰਾਂ, 15 ਭਗਤਾਂ ਦੀ ਬਾਣੀ ਹੈ ਪਰ ਭਗਤਾਂ ਦਾ ਜ਼ਿਕਰ ਹੋਰ ਵੀ ਆਉਂਦਾ ਹੈ। ਧਰੂਵ ਭਗਤ, ਪ੍ਰਹਲਾਦ ਭਗਤ, ਅੰਬਰੀਕ ਭਗਤ, ਬਹੁਤ ਭਗਤ ਨੇ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਆਉਂਦਾ। ਬੜੇ ਬੜੇ ਰਾਜੇ ਹੋਏ ਆ ਭਗਤ, ਬੜੀਆਂ ਬੀਬੀਆਂ ਹੋਈਆਂ ਸ਼ਰਧਾਲੂ ਗੁਰੂ ਮਹਾਰਾਜ ਦੀਆਂ, ਜ਼ਿਕਰ ਆਉਂਦੇ ਨੇ। ਗੁਰੂ ਪਿਆਰਿਓ, ਰੱਬ ਦੇ ਪਿਆਰਿਆਂ ਅੰਤ ਨਹੀਂ। ਮਹਾਰਾਜ ਕਹਿੰਦੇ ਜਿਤਨੇ ਭਗਤ ਹਰ ਸੇਵਕਾਂ ਵਾਹਿਗੁਰੂ ਦੀ ਸੇਵਾ ਕਰਨ ਵਾਲੇ, ਮੁੱਖ 8-60 ਤੀਰਤ ਤਿਲਕ ਕਢਾਏ। ਉਹਨਾਂ ਦੇ ਮੁੱਖ ਦੇ ਉੱਤੇ 8-8 ਤੀਰਥਾਂ ਦੀ ਮਹਾਨਤਾ ਵਾ। ਕਾਹਦੇ ਨਾਲ ਬਣੀ ਆ? ਭਗਤੀ ਵਾਲਿਆਂ ਲੋਕਾਂ ਨਾਲ। ਤੀਰਥ ਮਹਾਨ ਕਿਵੇਂ ਆ? ਕਿਉਂਕਿ ਬੰਦਗੀ ਵਾਲੇ ਲੋਕਾਂ ਦਾ। ਮਹਾਰਾਜ ਕਹਿੰਦੇ ਜੇ ਕਹਿੰਦੇ ਜਿਵੇਂ ਤਿਲਕ ਕਹਿੰਦੇ ਮੱਥੇ ਦੇ ਉੱਤੇ, ਜਿਵੇਂ ਆਪਾਂ ਲਾ ਦਈਏ ਤਿਲਕ ਦਾ ਟਿੱਕਾ ਲਾਉਣਾ, ਭਗਤੀ ਦੇ ਟਿੱਕਾ ਜਿਨ੍ਹਾਂ ਨੇ ਲਾ ਲਿਆ, ਜਿਹਨਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਤਿਲਕ ਨੂੰ ਲਾ ਲਿਆ ਨਾ, ਆਹਾ, ਕਹਿੰਦੇ ਜੇ ਉਹਨਾਂ ਦੇ ਮੱਥੇ ਲੱਗ ਜਾਈਏ ਨਾ, ਫਿਰ ਕੀ ਹੈ? ਕਹਿੰਦੇ ਸਾਰੇ ਤੀਰਥਾਂ ਦਾ ਮਹਾਤਮੀ ਮਿਲ ਜਾਂਦਾ। ਭਗਤਾਂ ਦੇ ਦਰਸ਼ਨ ਕਰਕੇ ਸਾਰੇ ਤੀਰਥਾਂ ਦੀ ਯਾਤਰਾ ਹੋ ਜਾਂਦੀ ਹੈ। ਵਾਹਿਗੁਰੂ ਨੇ ਉਹਨਾਂ ਦੇ ਏਡੇ ਵੱਡੇ ਮਸਤਕ ਦੇ ਭਾਗ ਕਰਮਾਂ ਵਾਲੇ ਆ ਗੁਰੂ ਦੇ ਪਿਆਰੇ। ਕਹਿੰਦੇ ਪਿਆਰੇ ਉਹ ਰੱਬ ਦੇ ਪਿਆਰਿਆਂ ਨਾਲ ਮਿਲ ਗਏ ਤਾਂ ਸਮਝੋ 68 ਤੀਰਥਾਂ ਦੀ ਯਾਤਰਾ ਹੋ ਗਈ। ਹੁਣ ਕਈ ਕਹਿਣਗੇ ਇੱਥੇ ਤਾਂ ਲਿਖਿਆ ਨੀ ਵੀ 68 ਤੀਰਥਾਂ ਦੀ ਯਾਤਰਾ, ਇਹਦਾ ਮਾਰੇ ਕਹਿੰਦੇ ਤਿਲਕ ਲੱਗਿਆ। ਬਾਣੀ 'ਚ ਕਿਹਾ ਨਾ 8-60 ਤੀਰਥ ਜਹ ਸਾਧ ਪਗ ਤਰੈ। ਕਹਿੰਦੇ ਜਿੱਥੇ ਬੰਦਗੀ ਵਾਲੇ ਪੈਰ ਧਰਦਣ, ਕਹਿੰਦੇ ਉੱਥੇ 68 ਤੀਰਥਾਂ ਦਾ ਮਹਾਤਮ ਆ ਜਾਂਦਾ, ਉੱਥੇ ਪ੍ਰਗਟ ਹੋ ਜਾਂਦਾ। ਤਹ ਬਕੁੰਠ ਜਹ ਨਾਮ ਉਚਰੈ, ਕਹਿੰਦੇ ਰੱਬ ਰਹਿੰਦਾ ਕਿੱਥੇ ਆ? ਕਹਿੰਦੇ ਬਕੁੰਠ 'ਚ। ਕਹਿੰਦੇ ਬਕੁੰਠ ਕਿੱਥੇ ਆ? ਕਹਿੰਦੇ ਜਿੱਥੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਆ, ਬਕੁੰਠ ਹੀ ਆ। ਹੁਣ ਆਉਂਦਾ ਜਿਹੜਾ ਗੇਟ ਲੰਘਣ ਲੱਗਿਆ ਮੱਥਾ ਟੇਕ ਕੇ ਆਉਂਦਾ, ਤੇ ਜਦੋਂ ਮਹਾਰਾਜ ਜੀ ਚਲੇ ਗਏ ਫਿਰ ਸਭ ਨੇ ਜੋੜੇ ਲੈ ਕੇ ਅੰਦਰ ਇੱਥੋਂ ਤੇ ਤੁਰੇ ਫਿਰਨਾ। ਮਹਾਤਮ ਉਹਨਾਂ ਚਿਰ ਹੀ ਆ ਜਿੰਨਾ ਚਿਰ ਗੁਰੂ ਹੈ ਤੇ ਗੁਰੂ ਦੀ ਬਾਣੀ ਆ, ਮਗਰੋਂ ਜਗ੍ਹਾ ਦਾ ਮਹਾਤਮ ਨਹੀਂ ਹੈ। ਤੇ ਪ੍ਰੇਮ ਵਾਲੇ ਜਿਹੜੇ ਲੋਕ ਆ ਉਹ ਇੰਨੇ ਕੁ ਥਾਂ ਨੂੰ ਵੀ ਸਤਿਕਾਰ ਦਿੰਦੇ ਆ ਵੀ ਇੱਥੇ ਮਹਾਰਾਜ ਧੰਨ ਆ ਬਈ, ਆ ਭਾਗਾਂ ਵਾਲਾ ਸਮਾਂ ਹਰ ਸਾਲ ਇੰਨੇ ਥਾਂ 'ਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਆ ਕਮਰਾ ਬਹੁਤ ਭਾਗਾਂ ਵਾਲਾ। ਕਿਉਂ? ਭਾਗ ਭਾਵ ਭਾਗਾਂ ਦੇ ਭਰੇ ਪਏ ਲੋਕ ਨੇ ਜਿਨ੍ਹਾਂ ਤੇ ਗੁਰੂ ਜੀ ਦੀ ਕਿਰਪਾ ਵਾ। ਕਿਰਪਾ ਕਿਹਦੇ ਤੇ ਹੈ? ਮਹਾਰਾਜ ਕਹਿੰਦੇ ਭਗਤੀ ਵਾਲਿਆਂ ਤੇ ਗੁਰੂ ਦੀ ਸੇਵਾ ਕਰਨ ਵਾਲਿਆਂ ਤੇ। ਦੋ ਹੀ ਕਰਮ ਹੈ, ਸਿਮਰੋ ਸੇਵਾ। ਸੇਵਾ ਕਰਨ ਨਾਲ ਵੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਭਗਤੀ ਕਰਨ ਨਾਲ ਵੀ ਪ੍ਰਭੂ ਦੀ ਪ੍ਰਾਪਤੀ ਹੈ। ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ। ਹਾਂ, ਪਰਮੇਸ਼ਵਰ ਦੀ ਪ੍ਰਾਪਤੀ ਸੇਵਾ ਨਾਲ ਵੀ ਹੈ, ਸਿਮਰਨ ਨਾਲ ਵੀ ਹੈ। ਪਰ ਪਿਆਰਿਓ, ਭਾਗਾਂ ਵਾਲੇ ਨੇ, ਭਾਗ ਦਾ ਭਾਵ ਹੀ ਮੱਥੇ ਦਾ ਤਪ ਹੈ, ਤੇਜ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਮਸਤਕ ਦੇ ਉੱਤੇ ਗੁਰੂ ਮਹਾਰਾਜ ਨੇ ਆਪ ਆਪਣੇ ਨਾਮ ਰੂਪੀ ਟਿੱਕੇ ਨੂੰ ਐਂ ਚੜਤਾ। ਉਹਨਾਂ ਦੇ ਮਸਤਕ ਦੇ ਉੱਤੇ ਵਾਹਿਗੁਰੂ ਦੇ ਨਾਮ ਦਾ ਟਿੱਕਾ ਵਾ। ਤੇ ਕੀ ਕਹਿੰਦੇ ਨੇ? ਜਨ ਨਾਨਕ ਤਿਨ ਕੋ ਅੰਨ ਦਿਨ ਬਰਸੈ। ਆਹਾ, ਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਜਿਹੜੇ ਆਹ ਜੀਵਨ ਵਾਲੇ ਲੋਕ ਆ, ਤਿੰਨ ਕੋ ਅੰਨ ਦਿਨ ਬਰਸੈ, ਦਿਨ ਰਾਤ ਉਹਨਾਂ ਨੂੰ ਸਨਮਾਨ ਦੇਈਏ। ਦਿਨ ਰਾਤ, ਅੰਨ ਦਿਨ ਦਾ ਭਾਵ ਆ ਵੀ ਰਾਤ ਵੀ ਤੇ ਦਿਨ ਵੀ, ਦਿਨ ਰਾਤ ਉਹਨਾਂ ਦਾ ਸਨਮਾਨ ਕਰਨਾ। ਜੇ ਕਿਰਪਾ ਕਰਿਆ ਰਾਏ ਪਿਆਰਿਓ, ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਦੀ ਭਗਤੀ ਹੁੰਦੀ ਆ।
ਤੇ ਭਗਤੀ ਵਾਲੇ ਲੋਕਾਂ ਦਾ ਪ੍ਰੇਮ ਭਗਤਾਂ ਨਾਲ ਹੁੰਦਾ ਸਤਸੰਗੀ ਲੋਕਾਂ ਦਾ ਸਤਸੰਗੀਆਂ ਨਾਲ ਸੇਵਾਦਾਰਾਂ ਦਾ ਸੇਵਾਦਾਰਾਂ ਨਾਲ ਨਾਮ ਰਸ਼ੀਆਂ ਦਾ ਨਾਮ ਰਸ਼ੀਆਂ ਨਾਲ ਰਿਸ਼ਤੇ ਨਾਤੇ ਪਿਆਰ ਕਿੱਥੇ ਜੁੜਦੇ ਆ ਇਹਨਾਂ ਚੀਜ਼ਾਂ ਨਾਲ ਹੀ ਆ ਨਾ ਹੁਣ ਆਪਾਂ ਸਾਰੀ ਗੁਰਸੰਗਤ ਹੈ ਕੀ ਰਿਸ਼ਤਾ ਆਪਣਾ ਆਪਾਂ ਇੱਕ ਗੁਰੂ ਮਹਾਰਾਜ ਦੇ ਸੇਵਕ ਹਾਂ ਗੁਰੂ ਦੀ ਸ਼ਰਨ 'ਚ ਬੈਠੇ ਹਾਂ ਗੁਰੂ ਦੇ ਨਾਮ ਦਾ ਰਸ ਲੈ ਰਹੇ ਹਾਂ ਗੁਰੂ ਜੀ ਦੀਆਂ ਬਖਸ਼ਿਸ਼ਾਂ ਨੇ ਆਪਣੇ ਤੇ ਇਸ ਭਾਗ ਸਮੇਂ ਨੂੰ ਦਿਨ ਰਾਤ ਚਾਹੁੰਦੇ ਆ ਜਿਹੜੇ ਵਾਹਿਗੁਰੂ ਦੇ ਪਿਆਰੇ ਆ ਤੇ ਗੁਰੂ ਜੀ ਨਾਨਕ ਪਾਤਸ਼ਾਹ ਮੋਹਰ ਲਾਉਂਦੇ ਚੌਥੇ ਨਾਨਕ ਮੋਹਰ ਲਾ ਰਹੇ ਆ ਪਿਆਰਿਓ ਇਸ ਭਾਗ ਸਮੇਂ ਸਾਨੂੰ ਪ੍ਰਾਪਤ ਹੁੰਦੇ ਹੀ ਰਹਿਣ ਇਹ ਭਾਗਾਂ ਵਾਲੇ ਸਮੇਂ ਮਿਲਦੇ ਰਹਿਣ ਗੁਰੂ ਜੀ ਸਾਡੇ ਤੇ ਕਿਰਪਾ ਕਰਨ ਕਿਰਪਾ ਕਰੇ ਹਰ ਰਾਏ ਆਹਾ ਗੁਰੂ ਕਿਰਪਾ ਕਰਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੁਭਾਗ ਮਿਲਦਾ ਤੇ ਗੁਰੂ ਦੀ ਕਿਰਪਾ ਕੀ ਹੈ ਗੁਰੂ ਦੀ ਕਿਰਪਾ ਦਾ ਭਾਵ ਗੁਰੂ ਦਾ ਪ੍ਰਸ਼ਾਦ ਕੀ ਹੈ ਨਾਮ ਸਤਸੰਗ ਦੇ ਵਿੱਚ ਵੀ ਨਾਮ ਮਿਲਦਾ ਨਾਮ ਜਪਣ ਵਾਲੇ ਭਗਤ ਬਣ ਜਾਂਦੇ ਆ ਤੇ ਵਾਹਿਗੁਰੂ ਦੇ ਨਾਮ ਤੇ ਸੇਵਾ ਕਰਨ ਵਾਲੇ ਸੇਵਕ ਬਣ ਜਾਂਦੇ ਆ ਪਿਆਰਿਓ ਤੇ ਜਿਹੜਾ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵੰਡ ਲੈਂਦਾ ਉਹ ਦਾਤਾ ਬਣ ਜਾਂਦਾ ਸੋ ਵੰਡਣਾ ਕੀ ਹੈ ਵੰਡਣਾ ਤਾਂ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਛਕਣਾ ਕਿਸੇ ਦਾ ਖੋ ਕੇ ਤਾਂ ਵੰਡਿਆ ਨਹੀਂ ਜਾਂਦਾ ਵੰਡਣਾ ਉਹੀ ਹੈ ਜਿਹੜਾ ਕੋਲੇ ਹੈ ਜੋ ਕੋਲੇ ਹੈ ਉਹਨਾਂ ਨੂੰ ਵੰਡ ਕੀ ਵੰਡੂਗਾ ਉਹਦੀ ਪ੍ਰਾਪਤੀ ਕਰ ਗਿਆਨੀ ਲੋਕ ਗਿਆਨ ਵੰਡ ਲੈਂਦੇ ਆ ਧਨੀ ਲੋਕ ਧਨ ਵੰਡ ਦਿੰਦੇ ਆ ਸੇਵਕ ਲੋਕ ਸੇਵਾ ਦੇ ਖਜ਼ਾਨੇ ਖੋਲ ਲੈਂਦੇ ਆ ਹਰ ਚੀਜ਼ ਮਨੁੱਖ ਕੋਲੇ ਆ ਮੇਰੇ ਕਹਿੰਦੇ ਜੋ ਹੈ ਵੰਡ ਕੇ ਪ੍ਰਾਪਤ ਕਰ ਹੁਣ ਜਿਹਦੇ ਕੋਲੇ ਨਾਮ ਆ ਉਹ ਨਾਮ ਵੰਡ ਦਿੰਦਾ ਤੇ ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਨੂੰ ਨਾਮ ਦੀ ਭੁੱਖ ਹੈ ਉਹ ਚਾਹਣਾ ਉਹ ਨਾਮ ਦੀ ਪ੍ਰਾਪਤੀ ਕਰਨ ਲਈ ਆ ਜਾਂਦੇ ਆ ਜਿੱਥੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਉੱਥੇ ਭੁੱਖ ਲੈ ਸਾਰੀ ਜਾਂਦੀ ਹੈ ਜਿਹਨੂੰ ਰੋਟੀਆਂ ਚਾਹੀਦੀਆਂ ਲੰਗਰ ਚੋਂ ਪ੍ਰਸ਼ਾਦੇ ਮਿਲ ਜਾਂਦੇ ਆ ਤੇ ਜਿਹਨੂੰ ਵਾਹਿਗੁਰੂ ਦਾ ਨਾਮ ਚਾਹੀਦਾ ਸੰਗਤ ਦੇ ਵਿੱਚ ਆ ਕੇ ਗੁਰੂ ਬਾਣੀ ਦੇ ਨਾਲ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਮਿਲ ਜਾਂਦਾ ਤੇ ਜਿਹਨਾਂ ਨੇ ਸੇਵਾ ਕਰਨੀ ਹੈ ਸੰਗਤ ਦੀ ਆਈ ਦੀ ਸੇਵਾ ਕਰਦੇ ਆ ਤੇ ਜਿਹਨਾਂ ਨੂੰ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਗੁਰੂ ਅੱਗੇ ਭੇਟਾ ਕਰ ਦਿੰਦੇ ਆ ਕਰਮ ਹਨ ਚਾਰ ਪਦਾਰਥ ਨੇ ਤੇ ਮਿਲਦੇ ਕਿਹਨੂੰ ਹੈ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੀ ਜਿਹਨਾਂ ਤੇ ਕਿਰਪਾ ਵਾ ਤੇ ਮਿਲਦੀ ਹੈ ਸੰਗਤ ਦੇ ਵਿੱਚੋਂ ਸਾਧੂਆਂ ਕੋਲੋਂ ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਣਾ ਕੀ ਹਾਂ ਸਾਧੂਆਂ ਦੀ ਸੇਵਾ ਦੇ ਨਾਲ ਲੱਗਣਾ ਪੈਂਦਾ ਤੇ ਮਹਾਰਾਜ ਕਹਿੰਦੇ ਪਿਆਰਿਓ ਚਾਰ ਪਦਾਰਥ ਹੈ ਜਗ ਮਾਹੀ ਭਾਗਹੀਣ ਨਰ ਪਾਵਤ ਨਾਹੀ ਚਾਰ ਪਦਾਰਥ ਇੱਥੋਂ ਹੀ ਮਿਲਦੇ ਆ ਪਰ ਭਾਗਿਆਂ ਤੋਂ ਹੀਣੇ ਲੋਕ ਨਹੀਂ ਇਹਦੀ ਪ੍ਰਾਪਤੀ ਕਰ ਸਕਦੇ ਸੋ ਜਿਹੜੇ ਭਾਗਾਂ ਵਾਲੇ ਆ ਉਹ ਪ੍ਰਾਪਤੀ ਕਰਦੇ ਆ ਆਪਾਂ ਭਾਗਾਂ ਵਾਲੇ ਆ ਗੁਰੂ ਦੀ ਕਿਰਪਾ ਵਾ ਆਪਾਂ ਨੂੰ ਇਹ ਪ੍ਰਾਪਤੀ ਹੋ ਰਹੀ ਹੈ ਗੁਰਮੁਖਾਂ ਦਾ ਸਤਸੰਗ ਹੋ ਰਿਹਾ ਗੁਰੂ ਦੀ ਬਾਣੀ ਸੁਣ ਰਹੇ ਹਾਂ ਔਰ ਨਾਲ ਸੇਵਾ ਤੇ ਦਾਨ ਪੁੰਨ ਦਾਨ ਵਾਲਾ ਕਰਮ ਹੈ ਸੋ ਗੁਰੂ ਜੀ ਕਿਰਪਾ ਕਰਨ ਪੂਰਨ ਕਰਮ ਨਾਮ ਹੈ ਸਤਸੰਗ ਕਰੇ ਦਾ ਮਹਾਤਮ ਤਾਂ ਵਾ ਜੇ ਨਾਮ ਜਪੀਏ ਸੇਵਾ ਕਰੀ ਦਾ ਫਲ ਤਾਂ ਵਾ ਜੇ ਉਹਦੇ ਨਾਂ ਤੇ ਕਰੀਏ ਪੁੰਨ ਦਾਨ ਦਾ ਭਾਵ ਤਾਂ ਵਾ ਜੇ ਆਪਣੇ ਹੱਕ ਦੀ ਕਮਾਈ ਦਾ ਕਰੀਏ ਹੁਣ ਆਪ ਬੱਚੇ ਇੱਥੇ ਮਲਕ ਭਾਗੋ ਦੀ ਤੇ ਲਾਲੋ ਦੀ ਕਥਾ ਸੁਣਾ ਕੇ ਗਏ ਆ ਕਵਿਤਾ ਤੇ ਲੰਗਰ ਤਾਂ ਮਲਕ ਭਾਗੋ ਨੇ ਵੀ ਖੋਲਿਆ ਸੀਗਾ ਪਰ ਮਹਾਰਾਜ ਨੇ ਉਹਨੂੰ ਠੁਕਰਾਤਾ ਉਹ ਕਹਿੰਦੇ ਕਿਉਂ ਉਹ ਕਹਿੰਦੇ ਬਈ ਤੇਰਾ ਧਨ ਜਿਹੜਾ ਆਪਣੀ ਮਰਜ਼ੀ ਦੇ ਨਾਲ ਨਹੀਂ ਇਕੱਠਾ ਹੋਇਆ ਤੂੰ ਕਹਿੰਦੇ ਕਿਰਤੀ ਲੋਕਾਂ ਤੋਂ ਖੋਇਆ ਵਾ ਕਿਰਤੀਆਂ ਦੇ ਖੂਨ ਪਸੀਨੇ ਦੀ ਕਮਾਈ ਹੈ ਉਹਨੂੰ ਤੂੰ ਨਹੀਂ ਦਿੱਤਾ ਉਹਨਾਂ ਦਾ ਹੱਕ ਨਹੀਂ ਦਿੱਤਾ ਹੱਕ ਮਾਰ ਲਿਆ ਤੇ ਉਹਨਾਂ ਦਾ ਹੱਕ ਮਾਰ ਕੇ ਤੂੰ ਇਹ ਭੰਡਾਰਾ ਕਰਦਾ ਇਹਦੇ ਵਿੱਚੋਂ ਮੈਨੂੰ ਦੁਰਗੰਧ ਆਉਂਦੀ ਹੈ ਉਹਨਾਂ ਦੇ ਖੂਨ ਦੇ ਇਹੀ ਕਿਹਾ ਕਿਰਤੀਆਂ ਨੇ ਕੰਮ ਕਰਿਆ ਤੂੰ ਉਹਨਾਂ ਦਾ ਹੱਕ ਮੋੜਿਆ ਨਹੀਂ ਤੇਰੇ ਧਨ ਵਿੱਚੋਂ ਤੇਰੇ ਉਸ ਧਨ ਦੇ ਨਾਲ ਲਿਆਂਦੇ ਹੋਏ ਰਾਸ਼ਨ ਵਿੱਚੋਂ ਉਹ ਤਾਂ ਉਹਨੇ ਕੋਈ ਜਿਹੜਾ ਭੋਜਨ ਤਾਂ ਸ਼ੁੱਧ ਸ਼ਾਕਾਹਾਰੀ ਸੀ ਪਰ ਉਹਦੇ ਵਿੱਚੋਂ ਖੂਨ ਦੀ ਦੁਰਗੰਧ ਕਿਹੜੇ ਦੀ ਆਉਂਦੀ ਸੀ ਜਿਹੜੇ ਕਿਰਤੀਆਂ ਨੇ ਕੰਮ ਕਰਿਆ ਉਹਦਾ ਹੱਕ ਨਹੀਂ ਦਿੱਤਾ ਉਹਨਾਂ ਨੇ ਤੇ ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ
ਜਿਹੜਾ ਪਰਾਇਆ ਹੱਕ ਹੈ ਮੁਸਲਮਾਨ ਲਈ ਆਏ ਆ ਜਿਵੇਂ ਸੂਰ ਹੈ ਤੇ ਦੂਜਿਆਂ ਲਈ ਹਿੰਦੂਆਂ ਲਈ ਆਏ ਆ ਜਿਵੇਂ ਗਾਂ ਆ ਤੇ ਜਿਹੜੀ ਹੱਕ ਦੀ ਕਮਾਈ ਆ ਨਾ ਉਹਦੇ ਵਿੱਚੋਂ ਦਾਨ ਕਰਨਾ ਕੀ ਕਰੂਗਾ ਦਾਨ ਦਾਨ ਹੈ ਜੋ ਆਪਦੇ ਕੋਲੇ ਆ ਗਿਆਨੀਆਂ ਕੋਲੇ ਗਿਆਨ ਹੈ ਦਾਨ ਕਰਨਾ ਧਨ ਦੌਲਤਾਂ ਵਾਲਿਆਂ ਕੋਲੇ ਧਾਣਾ ਦਾਨ ਕਰਨਾ ਨਾਮ ਵਾਲਿਆਂ ਕੋਲੇ ਨਾਮ ਆ ਦਾਨ ਕਰਨਾ ਜਦੋਂ ਸੱਤ ਦੀ ਵਿਚਾਰ ਕਰਾਂਗੇ ਸੱਤ ਵਿਚਾਰ ਹੈ ਸੱਤ ਬੋਲੋ ਸੱਤ ਸੁਣੋ ਸੱਤ ਸੋਚੋ ਸੱਤ ਕਰੋ ਇਹ ਜੀਵਨ ਹੈ ਸੋ ਗੁਰਮੁਖੋ ਕਰਮਾਂ ਨਾਲ ਹੈ ਪਰ ਨਾਮ ਤੋਂ ਬਿਨਾਂ ਨਹੀਂ ਗਾ ਗੱਲ ਬਣਨੀ ਪੂਰਨ ਪਦਾਰਥ ਨਾਮ ਹੈ ਨਾਮ ਜਪੀਏ ਕਮ ਸੇ ਕਮ ਦਸਵਾਂ ਹਿੱਸਾ ਸਵਾਸਾਂ ਦਾ ਦਸਵਾਂ ਹਿੱਸਾ ਜ਼ਿੰਦਗੀ ਦਾ ਦਸਵਾਂ ਹਿੱਸਾ ਮਾਇਆ ਦਾ ਤੇ ਦਸਵਾਂ ਹਿੱਸਾ ਦੌਲਤ ਦਾ ਗੁਰੂ ਦੇ ਅਰਪਣ ਕਰ ਦਈਏ ਫਿਰ ਦਸਵੰਧ ਬਣਦਾ ਹੈ ਹਰ ਪੱਖ ਤੋਂ ਤੇ ਜ਼ਿੰਦਗੀ ਦਾ ਦਸਵਾਂ ਹਿੱਸਾ ਮਹੀਨੇ ਚ 30 ਲੈਣਾ ਤਿੰਨ ਦਿਨ ਸਤਸੰਗ ਕਰਨਾ ਚਾਹੀਦਾ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਸਿਮਰਨ ਕਰਨਾ ਚਾਹੀਦਾ ਸਵਾ ਘੰਟਾ ਸਵੇਰ ਸਵਾ ਘੰਟਾ ਸ਼ਾਮ ਦਸਾਂ ਘੰਟਿਆਂ ਮਗਰ 1 ਘੰਟਾ ਬਣ ਗਿਆ ਨਾ ਤੇ 60 ਮਿੰਟ ਦਾ ਘੰਟਾ ਹੁੰਦਾ ਹੈ ਤੇ 6 ਮਿੰਟ ਬਣ ਗਏ 1 ਘੰਟਾ 6 ਤੇ 6 12 ਤੇ ਗੁਰੂ ਨੂੰ ਦੇਣ ਲੱਗੇ ਘੱਟ ਨਹੀਂ ਕਰੀਦਾਗਾ 3 ਮਿੰਟ ਤੇ ਹੀ ਲੋਣੇ ਚਾਹੀਦੇ ਆ ਸਵਾ ਦਾ ਡੇਢ ਤਾਂ ਭਾਵੇਂ ਲੱਗ ਜੇ ਤੇ ਘੜੀ ਨਹੀਂ ਦੇਖਣੀ ਉਹਨਾਂ ਚਿਰ ਇਹ ਵੀ ਨਹੀਂ ਮਾਲਾ ਵੀ ਫੇਰੀ ਚੱਲੋ ਤੇ ਘੜੀ ਅੱਲੀ ਵੀ ਚਾਕੀ ਚੱਲੋ ਸਿਮਰਨ ਕਰੋ ਧਿਆਨ ਲਾ ਕੇ ਸਮਰਪਿਤ ਹੋ ਗਏ ਸਵਾ ਘੰਟਾ ਸਵਾ ਸ਼ਵਾ ਸਾਮ ਸਿਮਰਨ 3 ਦਿਨ ਸਤਸੰਗ ਤੇ ਦੌਲਤ ਜ਼ਿੰਦਗੀ ਮਾਇਆ ਪਦਾਰਥ ਬਹੁਤ ਨੇ ਦਿਓ ਜ਼ਰੂਰਤ ਬੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਆ ਜਿਵੇਂ ਪਿੱਛੇ ਜੇ ਹੜ ਆ ਗਏ ਸੀਗੇ ਭੋਜਨ ਪ੍ਰਸ਼ਾਦਾ ਵੀ ਉੱਥੇ ਸੇਵਾਦਾਰਾਂ ਨੇ ਭੇਜਿਆ ਬੇਅੰਤ ਲੋਕ ਗਏ ਬਹੁਤ ਦੁਨੀਆ ਗਈ ਆਉਣ ਨਹੀਂ ਵੀ ਕੋਈ ਇੱਕ ਅੱਧਾ ਗਿਆ ਬਹੁਤ ਲੋਕ ਗਏ ਕੋਈ ਭੋਜਨ ਲੈ ਕੇ ਗਿਆ ਹੱਥ ਖੜੇ ਕਰਾਤੇ ਲੋਕਾਂ ਦੇ ਉਹ ਕਹਿੰਦੇ ਵੀ ਬਹੁਤ ਹੋ ਗਿਆ ਫਿਰ ਕੀ ਕਹਿੰਦੇ ਕਹਿੰਦੇ ਵੀ ਹੁਣ ਲੋਕ ਖਰਾਬ ਹੋ ਗਿਆ ਉੱਥੇ ਮੌਸਮ ਸਹੀ ਨਹੀਂ ਰਿਹਾ ਉਹਦੇ ਕਰਕੇ ਬਿਮਾਰੀਆਂ ਪੈ ਗਈਆਂ ਦਵਾਈ ਚਾਹੀਦੀ ਆ ਫਿਰ ਦਵਾਈ ਬੇਅੰਤ ਲੈ ਕੇ ਗਏ ਸਹਾਇਤਾ ਕਰੀ ਲੀੜੇ ਕੱਪੜੇ ਬਹੁਤ ਦਿੱਤੇ ਇਹ ਆ ਨਾ ਆਈ ਆ ਜ਼ਰੂਰਤਮੰਦ ਦੀ ਸਹਾਇਤਾ ਇਉਂ ਨਹੀਂ ਵੀ ਜਦੋਂ ਬੰਦਾ ਦੁਖੀ ਹੋ ਗਿਆ ਸਹਾਇਤਾ ਉਦੋਂ ਹੀ ਕਰੋ ਕਈ ਵਾਰੀ ਸਾਡੇ ਸਾਹਮਣੇ ਹੁੰਦਾ ਉਹਨੂੰ ਲੋੜ ਹੁੰਦੀ ਹੈ ਜੇ ਇੱਕ ਬਹੁਤ ਲੀੜੇ ਆ ਦਾਨ ਕਰ ਦੇਣੇ ਚਾਹੀਦੇ ਆ ਜੋ ਆ ਜ਼ਰੂਰਤ ਹੈ ਜਿਵੇਂ ਆਪਾਂ ਨੂੰ ਕੱਪੜੇ ਚਾਹੀਦੇ ਆ ਜਿਹਦੇ ਕੋਲ ਹੈ ਨਹੀਂ ਉਹਨੂੰ ਵੀ ਚਾਹੀਦੇ ਆ ਆਪਾਂ ਨੂੰ ਜੋੜਾ ਚਾਹੀਦਾ ਜਿਹਦੇ ਕੋਲ ਹੈ ਨਹੀਂ ਉਹਨੂੰ ਵੀ ਚਾਹੀਦਾ ਜੇ ਬਿਮਾਰ ਆ ਕਿਸੇ ਨੂੰ ਦਵਾਈ ਚਾਹੀਦੀ ਆ ਪਰ ਇੱਕ ਗੱਲ ਹੈ ਇਹ ਨਾ ਕਹੋ ਵੀ ਆਹ ਚੀਜ਼ ਨਹੀਂ ਕਰਨੀ ਚਾਹੀਦੀ ਕਿਉਂ ਕਈ ਸੱਜਣ ਪੁਰਸ਼ ਨੇ ਉਹ ਕੰਮ ਕਰਦੇ ਆ ਧੰਨਵਾਦ ਹੈ ਪਰ ਦੂਜੀ ਗੱਲ ਤੇ ਕਿੰਤੂ ਕਰਨਾ ਵੀ ਮਾੜਾ ਵਾ ਹੁਣ ਕਈ ਦਵਾਈ ਵੰਡਦੇ ਹੋ ਕਹਿੰਦੇ ਲੰਗਰ ਬੰਦ ਕਰ ਦਿਓ ਰੋਟੀਆਂ ਨਾ ਖਵਾਓ ਦਵਾਈਆਂ ਦਿਓ ਹੁਣ ਤੰਦਰੁਸਤ ਮਗਰ ਗੋਲੀਆਂ ਦਾ ਪੈਕਟ ਲੈ ਕੇ ਤੁਰੇ ਫਿਰੋ ਨਹੀਂ ਉਹਨਾਂ ਨੂੰ ਭੋਜਨ ਚਾਹੀਦਾ ਬਿਮਾਰ ਨੂੰ ਦਵਾਈ ਚਾਹੀਦੀ ਹੈ ਜਿਹੜਾ ਪੈਰਾਂ ਤੋਂ ਨੰਗਾ ਉਹਨੂੰ ਜੋੜਾ ਚਾਹੀਦਾ ਹੁਣ ਜੇ ਪੈਰਾਂ ਤੋਂ ਨੰਗਾ ਵਾ ਤੇ ਮੱਚਦੇ ਪੈਰ ਹੈ ਉਹਦੇ ਮਗਰ ਗੋਲੀਆਂ ਦਾ ਪੈਕਟ ਲੈ ਕੇ ਫਿਰ ਉਹ ਲੈ ਬਾਈ ਗੋਲੀ ਮਖਾ ਲਾ ਨਹੀਂ ਉਹਨੂੰ ਉਹੀ ਚਾਹੀਦਾ ਜੋ ਲੋੜ ਹੈ ਉਹ ਸਹਾਇਤਾ ਕਰੋ ਕਰੋ ਸਾਰਾ ਕੁਛ ਦਵਾਈ ਚਾਹੀਦੀ ਹੈ ਉੱਥੇ ਦਵਾਈ ਪ੍ਰਦਾਨ ਕਰੋ ਭੋਜਨ ਚਾਹੀਦਾ ਭੋਜਨ ਕੱਪੜਾ ਚਾਹੀਦਾ ਕੱਪੜਾ ਜੋ ਲੋੜ ਹੈ ਜਿਹਦੇ ਕੋਲ ਉਹਦੀ ਸਹਾਇਤਾ ਕਰਨੀ ਚਾਹੀਦੀ ਜਿਹੜੇ ਕਰਦੇ ਆ ਸਾਰੇ ਸੱਜਣ ਪੁਰਸ਼ਾਂ ਦਾ ਧੰਨਵਾਦ ਹੈ ਪਰ ਦੂਜੇ ਨੂੰ ਨਾ ਕਹੋ ਵੀ ਭਾਈ ਤੂੰ ਨਾ ਕਰ ਹਰ ਬੰਦੇ ਦੀ ਡਿਊਟੀ ਹੈ ਜਿਹੜੇ ਲੰਗਰ ਲਾਉਂਦੇ ਉਹਨਾਂ ਦੀ ਲੰਗਰ ਲਾਉਣ ਦੀ ਡਿਊਟੀ ਹੈ ਜਿਹੜੇ ਹਸਪਤਾਲ ਚਲਾਉਂਦੇ ਆ ਦਵਾਈਆਂ ਵੰਡਦੇ ਉਹਨਾਂ ਦੀ ਉਹ ਸੇਵਾ ਵਾ ਤੇ ਕਈ ਲੋਕ ਵਸਤਰ ਦਿੰਦੇ ਆ ਅੱਡੋ ਅੱਡੀ ਕੰਮ ਬਹੁਤ ਲੋਕ ਹੈ ਕਰੋ ਸਾਰੇ ਰਲ ਮਿਲ ਕੇ ਤੇ ਜੇ ਇਕੱਠੇ ਹੋ ਕੇ ਕਰੋ ਹੋਰ ਵੀ ਸਵਾਦ ਆ ਜਾਊਗਾ ਜਿੱਥੇ ਦਵਾਈਆਂ ਚਾਹੀਦੀਆਂ ਉੱਥੇ ਨਾਲ ਲੰਗਰ ਹੋਵੇ ਨਾਲੇ ਦਵਾਈਆਂ ਦੇ ਦਿਓ ਨਾਲੇ ਰੋਟੀ ਖਵਾ ਦਿਓ ਅਗਲੇ ਨੂੰ ਦੋ ਕੰਮ ਹੋ ਜਾਣਗੇ ਪ੍ਰਸ਼ਾਦਾ ਵੀ ਮਿਲ ਜੂਗਾ ਦਵਾਈ ਵੀ ਮਿਲ ਜੂਗੀ ਇੱਕ ਦੂਜੇ ਨਾਲ ਕਿੰਤੂ ਪਰੰਤੂ ਤੋਂ ਬਚੋ ਇਹ ਈਰਖਾ ਈਰਖਾ ਨਾਲ ਨਹੀਂ ਕੰਮ ਕਰਨਾ ਗੁਰੂ ਨੂੰ ਸਮਰਪਿਤ ਹੋ ਕੇ ਕਰੀਏ ਖਿਮਾ ਕਰਨਾ ਸਾਡੀ ਤਾਂ ਡਿਊਟੀ ਆ ਕਹਿਣ ਦੀ ਸਾਰਿਆਂ ਦਾ ਸਤਿਕਾਰ ਹੈ ਸਾਰਿਆਂ ਦਾ ਪਿਆਰ ਹੈ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਸ਼ੁਕਰੀਆ ਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਸਮਤ ਦੇਣ ਤੇ ਸਾਰਿਆਂ ਨੂੰ ਸ਼ਕਤੀ ਵੀ ਦੇਣ ਜੇ ਕੋਈ ਦਵਾਈਆਂ ਵੰਡਦਾ ਉਹਨੂੰ ਹੋਰ ਤਾਕਤ ਦੇਣ ਹੋਰ ਜ਼ਿਆਦਾ ਵੰਡੇ ਬਿਮਾਰੀਆਂ ਖਤਮ ਪੰਜਾਬ 'ਚੋਂ ਨਹੀਂ ਪੂਰੀ ਦੁਨੀਆ 'ਚੋਂ ਹੀ ਹੋ ਜਾਣ
ਤੇ ਜੇ ਕਿਸੇ ਕੋਲ ਬਹੁਤ ਲੀੜੇ ਵੰਡੋ ਕਿਸੇ ਨੂੰ ਲੀੜੇ ਚਾਹੀ ਲੋੜ ਹੀ ਨਾ ਹੋਵੇ ਸਾਰਿਆਂ ਨੂੰ ਸੰਤੁਸ਼ਟੀ ਹੋਵੇ ਹਰ ਚੀਜ਼ ਹੈ ਭੁੱਖ ਰਵੀ ਨਾ ਮੰਗਣ ਜੋਗਾ ਰਵੀ ਨਾ ਕੋਈ ਤੇ ਭੋਜਨ ਘਰੇ ਮਿਲਦਾ ਮੰਗੂਗਾ ਕਿਉਂ ਸਭ ਦੀ ਸਹਾਇਤਾ ਕਰੋ ਇੱਕੋ ਹੀ ਬੇਨਤੀ ਹੈ ਉਹ ਤਾਂ ਸਾਡਾ ਸੇਵਾ ਵਾ ਤੁਹਾਨੂੰ ਪਤਾ ਹੀ ਹੈ ਲੰਗਰ ਵੀ ਲੱਗਦੇ ਆ ਸਕੂਲ ਕਾਲਜ ਵੀ ਆ ਸਾਰੇ ਕੰਮ ਕਰਦੇ ਆ ਪਰ ਬੜੀ ਵਾਰੀ ਮੈਂ ਸਵਾਮੀ ਜੀ ਮਹਾਰਾਜ ਦਾ ਹੁਕਮ ਹੈ ਜਿਹੜਾ ਉਹ ਦੱਸਿਆ ਵੀ ਜੇ ਤੁਹਾਡੇ ਪਿੰਡ ਕੋਈ ਲੋੜ ਆ ਨਾ ਰਾਸ਼ਨ ਦੀ ਦੇ ਦਿਓ ਤੇ ਸਮਝ ਲਓ ਵੀ ਲੋਪੋ ਲੰਗਰ ਚ ਦਿਆ ਹੈ ਇਹ ਮਹਾਰਾਜ ਕਹਿੰਦੇ ਹੁੰਦੇ ਸੀ ਅੱਜ ਮੇਰੀ ਡਿਊਟੀ ਆ ਮੈਂ ਕਹਿ ਦਿੰਦਾ ਜ਼ਰੂਰਤਮੰਦ ਦੀ ਸਹਾਇਤਾ ਕਰਨੀ ਸੇਵਾ ਵਾ ਕਰੋ ਮਦਦ ਕਰਨੀ ਮਾੜੀ ਗੱਲ ਨਹੀਂ ਤੇ ਬਿਨਾਂ ਵਜ੍ਹਾ ਮੰਗਣਾ ਵੀ ਮਾੜੀ ਗੱਲ ਹੈ ਸੰਤੁਸ਼ਟ ਵੀ ਚਾਹੀਦੀ ਹੈ ਗੁਰੂ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਪਰ ਦਾਨੀਆਂ ਦਾ ਕੰਮ ਦਾਨ ਕਰਦੇ ਰਹਿਣਾ ਚਾਹੀਦਾ ਕਿਉਂਕਿ ਦਾਨ ਕੀਤਿਆਂ ਧਨ ਵਧੈ ਕਬੀਰ ਜੀ ਵਰਗੇ ਭਗਤ ਕਹਿੰਦੇ ਚਿੜੀ ਚੋਂਚ ਭਰ ਲੈ ਗਈ ਨਦੀਆਂ ਘਟਿਓ ਨਾ ਨੀਰ ਦਾਨ ਕੀਤਿਆਂ ਧਨ ਨਾ ਘਟੈ ਕਹਿ ਕੇ ਦਾਸ ਕਬੀਰ ਕਬੀਰ ਜੀ ਕਹਿੰਦੇ ਪਿਆਰਿਓ ਦਾਨ ਆਏ ਨੀ ਧਨ ਨਹੀਂ ਘਟਦਾ ਗਾ ਇਹ ਬੁਰਿਆਈਆਂ ਨਾਲ ਘਟਦਾ ਹੈ ਬਕਾਰਾਂ ਨਾਲ ਘਟਦਾ ਹੈ ਨਸ਼ਿਆਂ ਨਾਲ ਘਟਦਾ ਬੁਰੀਆਂ ਆਦਤਾਂ ਨਾਲ ਘਟਦਾ ਇਸ ਲਈ ਸ਼ੁਭ ਕਰਮਾਂ ਨਾਲ ਕੁਛ ਨਹੀਂ ਘਟਦਾ ਸ਼ੁਭ ਕਰਮਾਂ ਨਾਲ ਦੁੱਖ ਘਟਦੇ ਆ ਚਿੰਤਾ ਘਟਦੀ ਹੈ ਨਾਮ ਜਪਣ ਨਾਲ ਵਿਸ਼ੇ ਵਿਕਾਰ ਘਟਦੇ ਆ ਪਰ ਇਹ ਵੱਧਦੇ ਹੀ ਹੁੰਦੇ ਆ ਸੋ ਗੁਰੂ ਜੀ ਕਿਰਪਾ ਕਰਨ ਆਪਾਂ ਸਾਰੀ ਗੁਰੂ ਸੰਗਤ ਸੁਬਹ ਸ਼ਾਮ ਨਾਮ ਜਪਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।